ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨੀਸ਼ਾ ਸਵਾਗਤ ਕਰਦੀ ਹਾਂ ਜੀ ਅੱਜ ਦੇ ਬਹੁਤ ਹੀ ਖਾਸ ਪ੍ਰੋਗਰਾਮ 스ਪੌਟਲਾਈਟ ਦੇ ਵਿੱਚ ਅੱਜ ਵੀ 스ਪੌਟਲਾਈਟ ਦੇ ਵਿੱਚ ਇੱਕ ਖਾਸ ਆਰਟਿਸਟ ਸਾਡੇ ਸਟੂਡੀਓ ਦੇ ਵਿੱਚ ਆਏ ਨੇ ਅੱਜ ਮੈਂ ਕਿਤੇ ਬਾਹਰ ਨਹੀਂ ਗਈ ਹੂੰ ਅਸੀਂ ਨਾ ਸਾਰੇ ਸੋਸ਼ਲ ਮੀਡੀਆ ਦੇ دیਵਾਨੇ ਆ ਕਹਿ ਸਕਦੇ ਹਾਂ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੇ ਆ ਤੇ ਅਸੀਂ ਰੀਲਸ ਵੀ ਦੇਖਦੇ ਰਹਿੰਦੇ ਆ ਰੀਲਸ ਵਾਇਰਲ ਹੁੰਦੀਆਂ ਤੇ ਸਾਨੂੰ ਲੱਗਦਾ ਇਹ ਆਰਟਿਸਟ ਕਿਹੜਾ ਆ ਲਾਈਕ ਐਨੀਆਂ ਰੀਲਸ ਵਾਇਰਲ ਹੋ ਰਹੀਆਂ ਨੇ ਸੋ ਇੱਕ ਰੀਲ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਇਟਸ ਬੀਨ 1 ਇਅਰ ਪਾ ਇੱਕ ਸਾਲ ਬਾਅਦ ਮੈਂ ਉਹਨਾਂ ਨੂੰ ਮਿਲ ਰਹੀ ਆ ਮੈਂ ਗੱਲ ਕਰ ਰਹੀ ਆ ਜੀ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਕਲਾਕਾਰ ਸਰਗੀ ਮਾਨ ਉਹਨਾਂ ਦੀ ਆ ਸਾਡੇ ਸਟੂਡੀਓ ਆਏ ਨੇ ਉਹਨਾਂ ਦੀ ਇੱਕ ਰੀਲ ਨੇ ਕਮਾਲ ਕਰ ਦਿੱਤਾ ਬਹੁਤ ਸਾਰੀਆਂ ਗੱਲਾਂ ਕਰ ਰਹੀ ਆ ਅੱਜ ਜੀ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਸਾਡੇ ਸ਼ੋਅ ਦੇ ਵਿੱਚ ਸਤਿ ਸ਼੍ਰੀ ਅਕਾਲ ਸਰਗੀ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਜਸ ਪੰਜਾਬੀ ਤੇ ਥੈਂਕ ਯੂ ਥੈਂਕ ਯੂ so much ਸਭ ਤੋਂ ਪਹਿਲਾਂ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਥੇ ਬੁਲਾ ਕੇ ਸਰੋਤਿਆਂ ਦੇ ਰੂਰੂ ਕੀਤਾ ਤੇ ਸਾਰੇ ਸਰੋਤਿਆਂ ਨੂੰ ਦੇਖਣ ਵਾਲਿਆਂ ਨੂੰ ਪਿਆਰ ਕਰਨ ਵਾਲਿਆਂ ਨੂੰ ਪਿਆਰ ਭਰ ਸਤਿ ਸ਼ਕਤ। ਸ਼ੁਕਰੀਆ ਜੀ ਸ਼ੁਕਰੀਆ। ਸੋ ਸਰਗੀ ਮਾਨਹੋਨੀ ਆਜਾ ਦੇ ਸਟੂਡੀਓ ਆਏ ਨੇ। ਤੁਸੀਂ ਕਹਿ ਰਹੇ ਹੋਗੇ ਕਿ ਮਨੀਸ਼ਾ ਕਿਹੜੀ ਰੀਲ ਦੀ ਗੱਲ ਕਰਦੀ ਪਈਆ। ਵੈਲ ਹੁਣ ਤੱਕ ਤਾਂ ਤੁਸੀਂ ਦੇਖ ਹੀ ਲਈ ਹੋਣੀਆ ਪਰ ਜੇ ਨਹੀਂ ਵੀ ਦੇਖੀ ਤਾਂ ਹੁਣ ਜਦੋਂ ਸਰਗੀ ਹੁਣੀ ਆਪਣੀ ਮਿੱਠੀ ਜਿਹੀ ਆਵਾਜ਼ ਦੇ ਵਿੱਚ ਸਾਨੂੰ ਗੀਤ ਸੁਣਾਉਣਗੇ ਤਾਂ ਤੁਹਾਨੂੰ ਆਪਣੇ ਆਪ ਯਾਦ ਆ ਜਾਣਾ। ਅੱਛਾ ਇਹ ਉਹੀ ਵਾਲੀ ਸਰਗੀ ਮਾਰਿਆ ਸੋ ਜੀ ਸ਼ੁਰੂਆਤ 뮤지컬 ਹੋ ਜੇ ਸਰਗੀ ਜੀ ਜੀ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਉਸ ਗੀਤ ਨੂੰ ਉਸ ਰੀਲ ਨੂੰ ਸਭ ਨੇ ਪਿਆਰ ਦਿੱਤਾ ਤੇ ਬਹੁਤ ਪਿਆਰ ਦਿੱਤਾ ਤੁਸੀਂ ਤਾਂ ਆਪਾਂ ਸ਼ੁਰੂਆਤ ਕਰਦੇ ਡੈਫੀਨਿਟਲੀ ਜੀ ਜਿਸ ਮਤੋਂ ਪਾਰ ਦੀ ਗੱਲ ਐ ਜਿਹੜੀ ਸਾਡੇ ਪਿਆਰ ਦੀ ਗੱਲ ਐ ਕਰਤਾ ਦਿਲ ਤੇਰੇ ਨਾਵੇਂ ਸਜਣਾ ਇਤਬਾਰ ਦੀ ਗੱਲ ਐ ਤੇਰੇ ਤੇ ਹੱਕ ਸਮਝ ਦੇ ਨਾ ਕਿ ਹੰਕਾਰ ਦੀ ਗੱਲ ਐ ਜਿਸ ਮਾ ਤੋਂ ਪਾਰ ਦੀ ਗੱਲ ਐ ਜਿਹੜੀ ਸਾਡੇ ਪਿਆਰ ਦੀ ਗੱਲ ਐ ਕੀ ਬਾਤ ਐ ਕੀ ਬਾਤ ਐ ਇਹ ਗਾਣਾ ਜਿੰਨੀ ਵਾਰ ਵੀ ਮੈਂ ਸੁਣਦੀ ਆ ਨਾ ਮੈਨੂੰ ਇਦਾਂ ਲੱਗਦਾ ਮੈਂ ਇੱਕ ਵਾਰੀ ਫੇਰ ਸੁਣ ਲਵਾਂ ਬਹੁਤ ਹੀ ਪਿਆਰੀ ਆਵਾਜ਼ ਐ ਸਰਗੀ ਜੀ ਤੁਹਾਡੀ ਬਹੁਤ ਹੀ ਪਿਆਰੀ ਬਹੁਤ سارے ਫੈਨਸ ਬਣ ਗਏ ਨੇ ਤੁਹਾਡੇ ਹੈਨਾ ਨਹੀਂ ਸਾਰੇ ਪਿਆਰ ਕਰਦੇ ਨੇ ਸਾਰੇ ਪਿਆਰ ਕਰਦੇ ਨੇ ਬਹੁਤ ਸਾਰੇ ਕਮੈਂਟਸ ਆਉਂਦੇ ਹੋਣੇ ਹੈਨਾ ਸੋ ਅਨਐਕਸਪੈਕਟਡ ਚੀਜ਼ਾਂ ਜ਼ਿੰਦਗੀ ਦੇ ਵਿੱਚ ਹੋ ਜਾਂਦੀਆਂ ਨੇ ਸੋ ਸ਼ੁਰੂਆਤ ਇੱਥੋਂ ਹੀ ਕਰਾਂਗੇ ਕਿ ਜਦੋਂ ਓਬਵੀਅਸਲੀ ਕੋਈ ਰੀਲ ਬਣਾ ਕੇ ਅਪਲੋਡ ਕਰਦਾ ਕੋਈ ਵੀ ਪਰਸਨ ਹੈਨਾ ਉਹਨੂੰ ਨਹੀਂ ਲੱਗਦਾ ਹੁੰਦਾ ਇੰਨੀ ਚੱਲੇਗੀ ਜਾਂ ਵਾਇਰਲ ਹੋਏਗੀ ਸੋ ਤੁਸੀਂ ਬਾਰ ਬਾਰ ਉਹ ਚੀਜ਼ ਚੈੱਕ ਕੀਤੀ ਸੀ ਜਾਂ ਨਹੀਂ ਤੁਹਾਨੂੰ ਕਿਸੇ ਨੇ ਆ ਕੇ ਕਿਹਾ ਸੀ ਉਹੀ ਸਰਗੀ ਜੀ ਜਾਂ ਸਰਗੀ ਮਾਨ ਜਿੱਦਾਂ ਵੀ ਉਹ ਤੇਰੀ ਰੀਲ ਬਹੁਤ ਚੱਲ ਗਈ ਉਹ ਵਾਲੀ ਸੋ ਨਹੀਂ ਨਹੀਂ ਅਸੀਂ ਕਾਫੀ ਟਾਈਮ ਤੋਂ ਐਕਟਿਵ ਸੀ ਇੰਸਟਾਗ੍ਰam ਤੇ ਰੀਲਸ ਨੂੰ ਲੈ ਕੇ ਤੇ ਸਾਡਾ ਮਤਲਬ ਰੂਟੀਨ ਸੀ ਇੱਕ ਕਿ ਅਸੀਂ ਕੋਈ ਗਾਣਾ ਚੂਜ਼ ਕਰਨਾ ਹੈ ਉਹ ਤੇ ਰਿਆਜ਼ ਕਰਨਾ ਹੈ ਤੇ ਉਹਦੀ ਰੀਲ ਅਪਲੋਡ ਕਰਨੀ ਆ ਅੱਛਾ ਸੋ ਉਹ ਉਸੇ ਦਾ ਇੱਕ ਕਹ ਲਓ ਉਸੇ ਸਫਰ ਦਾ ਇੱਕ 파ਟ ਸੀ ਜਿਸਮਾ ਤੋਂ ਪਾਰ ਦੀ ਗੱਲ ਹੈ ਕਿ ਉਹ ਉਸੇ ਵੇਲੇ ਨਾਲ ਅਸੀਂ ਇੱਕ ਸਟੂਡੀਓ ਗਏ ਅਰਪਿਤ ਵੀਰ ਦਾ ਸਟੂਡੀਓ ਪੰਚਕੁਲੇ ਉੱਥੇ ਅਸੀਂ ਕੁਝ ਹੋਰ ਰੀਲਰ ਰਿਕਾਰਡ ਕੀਤੀਆਂ ਉਹਨਾਂ ਵਿੱਚੋਂ ਇੱਕ ਜਿਸਮਾ ਤੋਂ ਪਾਰ ਦੀ ਗੱਲ ਸੀ ਕੁਝ ਦਿਨ ਹੋਏ ਕਿ ਨਹੀਂ ਰੀਲ ਅਪਲੋਡ ਹੋਈ ਫਿਰ ਬਾਅਦ ਚ ਜਦੋਂ ਰੀਲ ਅਪਲੋਡ ਕੀਤੀ ਤੇ ਸਾਰਿਆਂ ਨੇ ਮਤਲਬ ਅਸੀਂ ਦੇਖਦੇ ਰਹਿੰਦੇ ਸੀ ਤਾਂ ਪਤਾ ਲੱਗ ਗਿਆ ਸੀ ਕਿ ਰੀਚ ਜਾ ਰਹੀ ਹੈ ਜੀ ਫਿਰ ਬਾਕੀ ਕਮੈਂਟਸ ਦੇ ਵਿੱਚ ਜਾਂ ਫੋਨ ਆਉਣ ਲੱਗੇ ਤਾਂ ਵਧੀਆ ਲੱਗਿਆ ਸਭ ਇੱਕਦਮ ਜਦੋਂ ਚੀਜ਼ਾਂ ਹੁੰਦੀਆਂ ਨੇ ਬੜਾ ਕਈ ਵਾਰ ਤਾਂ ਸੁਪਨੇ ਦੀ ਤਰ੍ਹਾਂ ਨਹੀਂ ਲੱਗਦਾ ਵੀ ਇਹ ਮੈਂ ਸੁਪਨਾ ਤਾਂ ਨਹੀਂ ਜੀ ਰਹੀ ਕਿਤੇ ਪਰ ਐਟ ਲੀਸਟ ਇਹ ਹਕੀਕਤ ਆ ਮੈਂ ਦੱਸ ਦਿੰਨੀ ਆ ਇਹ ਹਕੀਕਤ ਆ ਜਿਹੜਾ ਇਹ ਜ਼ਿੰਦਗੀ ਜੀਰੇ ਨੇ ਸ਼ੁਰੂਆਤ ਦੀ ਗੱਲ ਕਰਦੇ ਆ ਵੈਸੇ ਤੁਸੀਂ 2017 ਦੇ ਵਿੱਚ ਨਾ ਵੀ ਆਲ نو ਕਿ ਗੀਤ ਆਇਆ ਸੀ ਬਟ ਕਈਆਂ ਨੂੰ ਨਹੀਂ ਪਤਾ ਹੁਣ ਰੀਲ ਤੋਂ ਹੀ ਸਾਰਿਆਂ ਨੂੰ ਪਤਾ ਲੱਗਾ ਸੋ ਉੱਥੇ ਸ਼ੁਰੂਆਤ ਕਰਦੇ ਆ ਤੁਹਾਨੂੰ ਗਾਣ ਦਾ ਸ਼ੌਂਕ ਕਦੋਂ ਘਰ ਤੋਂ ਹੀ ਸੀਗਾ ਜਾਂ ਫਿਰ ਜੀ ਬਿਲਕੁਲ ਘਰ ਤੋਂ ਹਾਂਜੀ ਮੇਰੇ ਮਦਰ ਲਿਖਦੇ ਨੇ ਸਦਾਦੀ ਗੁਰਵਿੰਦਰ ਗੌਰ ਜੀ ਇਹਨਾਂ ਦਾ ਟੂਮਾ ਗੀਤ ਮੈਂ ਪਹਿਲਾਂ ਗਾਇਆ ਹੈ ਸਭ ਤੋਂ ਪਹਿਲਾ ਮੇਰਾ ਗੀਤ ਸੀ ਸੋ ਕਰ ਮੈਨੂੰ ਮਾਹੌਲ ਮਿਲਿਆ ਤੇ ਉੱਥੋਂ ਮੇਰੀ ਸ਼ੁਰੂਆਤ ਹੋਈ ਫਿਰ ਸਕੂਲ ਕਾਲਜ ਦੈਨ ਸਟੱਡੀ ਮੇਰੀ ਸਾਰੀ 뮤ਜ਼ਿਕ ਦੀ ਹੈ ਮੈਂ ਮਾਸਟਰ ਇਨ 뮤ਜ਼ਿਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ ਓਕੇ ਤੇ ਫਿਰ ਬਸ ਚੱਲ ਸੋ ਚੱਲ 2017 ਦੇ ਵਿੱਚ ਮੇਰਾ ਟੂਮਾ ਗੀਤ ਰਿਲੀਜ਼ ਹੋਇਆ ਉਸ ਤੋਂ ਬਾਅਦ ਨੈਕਸਟ ਕੁਸ਼ ਗਲੀ ਲਾਹੌਰ ਦੀ ਕੀਤੀ ਸੀ ਜੀ ਬਾਹਰੇ ਦਾ ਸਟੈਮ ਉਹ ਤੋਂ ਇਹ ਵੀ ਇਸ ਤਰ੍ਹਾਂ ਜੀ ਦਾ 뮤ਜ਼ਿਕ ਸੀ ਇਹਦੇ ਵਿੱਚ ਤੇ ਉਸ ਬਾਅਦ ਫਿਰ ਤੁਹਾਨੂੰ ਪਤਾ ਹੀ ਬਾਕੀ ਸੀ ਬਾਕੀ ਤਾਂ ਫਿਰ ਅੱਗੇ ਆਈ ਜਾ ਰਹੇ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਮਮਾ ਹੁਣਾਂ ਨੇ ਗੀਤ ਲਿਖਿਆ ਸੀ ਰਾਈਟ ਸੋ ਆਪਾਂ ਗੱਲਾਂ ਕਰ ਵੀ ਰਹੀ ਸੀ ਉਹ ਵੀ ਗੱਲ ਕਰਾਂਗੇ ਜਿਹੜੇ ਮਮਾ ਹੁਣਾਂ ਨੇ ਗੀਤ ਲਿਖਿਆ ਸੀ ਉਹਦੀਆਂ ਕੁਝ ਲਾਈਨਾਂ ਹੋ ਜਾਣ ਜੀ ਸਾਡੇ ਦਰਸ਼ਕਾਂ ਲਈ ਬਿਲਕੁਲ ਬਿਲਕੁਲ ਤੂੰ ਮੇਰਾ ਮੈਂ ਤੇਰੀ ਸਜਣਾ ਦੂਜੀ ਗੱਲ ਨਾ ਕਹਿੰਦੀ ਹਾਈ ਨਾਲ ਚਾਵਦੇ ਗੋਰਿਆਂ ਹੱਥਾਂ ਤੇ ਲਾਉਣੀ ਸਜਣਾ ਮਹਿੰਦੀ ਲਹਿੰਗਾ ਤੇਰੀ ਪੱਗ ਦੇ ਨਾਲ ਦਾ ਪਾ ਕੇ ਨੰਦਾਂ ਤੇ ਬਹਿਣਾ ਮੈਂ ਅੱਗ ਲਾਵਾਂ ਤੁਮਾਨੂੰ ਤੂੰ ਸੋਹਣਿਆ ਜੱਟੀ ਦਾ ਗਹਿਣਾ ਮੈਂ ਅੱਗ ਲਾਵਾਂ ਤੁਮਾਨੂੰ ਤੂੰ ਮੇਰਾ ਕੁੜੀ ਦਾ ਗਹਿਣਾ ਮੈਂ ਅੱਗ ਲਾਵਾਂ ਤੁਮਾਨੂੰ ਕਿਆ ਬਾਤ ਹੈ ਕਿਆ ਬਾਤ ਹੈ ਲੈਂਕੀ ਦੀਆਂ ਗੱਲਾਂ ਹੋ ਰਹੀਆਂ ਨੇ ਅਸੀਂ ਕਿੰਨਾ ਪਿਆਰਾ ਗੀਤ ਲਿਖਿਆ ਮਦਰ ਉਹਨਾਂ ਨੇ ਤੁਹਾਡੇ ਸੋ ਉਹੀ ਪਹਿਲਾ ਗੀਤ ਤੁਸੀਂ ਗਾਇਆ ਤੇ ਦਰਸ਼ਕਾਂ ਨੇ ਓਬਵੀਅਸਲੀ ਪਸੰਦ ਵੀ ਕੀਤਾ ਹੌਲੀ ਹੌਲੀ ਕਹਿੰਦੇ ਨੇ ਕੁਝ ਚੀਜ਼ਾਂ ਹੌਲੀ ਹੌਲੀ ਚੱਲਦੀਆਂ ਹੁੰਦੀਆਂ ਨੇ ਹੌਲੀ ਹੌਲੀ ਪਤਾ ਲੱਗਦਾ ਸੋ ਸਰਗੀਮਾਨ ਉਹ ਕਲਾਕਾਰ ਨੇ ਜਿਨ੍ਹਾਂ ਦੇ ਵਿੱਚ ਸਬਰ ਸੰਤੋਖ ਬਹੁਤ ਆ ਇਹ ਚੀਜ਼ ਮੰਨ ਸਕਦੇ ਆ ਕਿਉਂਕਿ ਉਹ ਤੁਹਾਡੀ ਵਾਈਬ ਤੋਂ ਤੁਹਾਡੀ ਪੋਜ਼ਿਟਿਵਿਟੀ ਹੈ ਜਿਹੜੀ ਔਰਾ ਆ ਤੁਹਾਡੇ ਆਲੇ-ਦੁਆਲੇ ਜਿਵੇਂ ਦੇ ਲੋਕ ਨੇ ਉਹਨਾਂ ਤੋਂ ਪਤਾ ਲੱਗਦਾ ਸੱਚੀ ਮਿਲ ਕੇ ਇਦਾਂ ਲੱਗਿਆ ਹੀ ਨਹੀਂ ਕਿ ਆਪਾਂ ਪਹਿਲੀ ਵਾਰ ਮਿਲਦੇ ਆ। ਹੈ ਨਾ ਨਹੀਂ ਲੱਗਾ ਨਾ ਬਿਲਕੁਲ ਜੀ। ਅੱਛਾ ਕਰੇ ਇਦਾਂ ਨਹੀਂ ਹੁੰਦਾ ਜਿਵੇਂ ਸਰਗੀ ਜੀ ਕਹਿੰਦੇ ਹੁੰਦੇ ਆ ਕਹਿੰਦੇ ਹੁੰਦੇ ਕਿ ਇਹ ਬਹੁਤ ਜਗਾਵਾਂ ਤੇ ਸੁਣਿਆ ਵੀ ਆ ਦੇਖਿਆ ਵੀ ਆ ਕਿ ਕੁੜੀਆਂ ਨੂੰ ਨਾ ਗਾਣ ਤੋਂ ਮਨਾ ਕੀਤਾ ਜਾਂਦਾ ਬਟ ਤੁਹਾਡੀ ਬੜੀ ਅੱਛੀ ਗੱਲ ਲੱਗੀ ਕਿ ਤੁਹਾਡੇ ਮੰਮਾ ਹੋਣਾ ਨੇ ਗੀਤ ਲਿਖਿਆ ਸੀ ਤੇ ਤੁਸੀਂ ਗਾਇਆ। ਸੋ ਕਰੇ ਇਦਾਂ ਕਦੇ ਕਿਹਾ ਤਾਂ ਨਹੀਂ ਕਿਸੇ ਨੇ ਵੀ ਨਹੀਂ ਕੁੜੀ ਤੋਂ ਨਹੀਂ ਗਵਾਣਾ ਹੈਗਾ ਮੁੰਡੇ ਭਾਵੇਂ ਇਸ ਲਾਈਨ 'ਚ ਚਲੇ ਜਾਣ। ਕਦੇ ਇਦਾਂ ਦਾ ਮਾਹੌਲ ਤਾਂ ਨਹੀਂ ਹੋਇਆ। ਉਹ ਨਹੀਂ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਸ਼ੁਰੂ ਤੋਂ ਮੇਰੇ ਪੇਰੈਂਟਸ ਦਾ ਸਾਥ ਰਿਹਾ ਹੈ ਹਮੇਸ਼ਾ ਮੇਰਾ ਬ੍ਰਦਰ ਆ ਹੁਣ ਚਾਹੇ ਮੇਰੀ ਭਾਬੀ ਨੇ ਪਰ ਮੈਨੂੰ ਕਦੀ ਵੀ ਇਦਾਂ ਫੀਲ ਨਹੀਂ ਹੋਇਆ ਘਰ 'ਚ ਵੀ ਮੈਨੂੰ ਕੋਈ سپورਟ ਨਹੀਂ ਆ ਈਵਨ ਮੇਰੇ ਮਮਾ ਮੈਨੂੰ ਪਹਿਲੇ ਦਿਨ ਛੱਡ ਕੇ ਆਏ ਸੀ ਮੇਰੇ ਗੁਰੂ ਜੀ ਕੋਲ ਓਸਤਾਦ ਰਵੀ ਸ਼ਰਮਾ ਜੀ ਕੋਲ ਓਕੇ ਤੇ ਉਹ ਉਹ ਮਾਹੌਲ ਮੈਂ ਪਾਗਾਂ ਲਈ ਆ ਕਿ ਮੈਨੂੰ ਘਰ ਦੇ ਵਿੱਚ ਮਿਲਿਆ ਹੈ ਮੈਨੂੰ ਉਹਦੇ ਲਈ ਕੋਈ ਸਟਰਗਲ ਨਹੀਂ ਕਰਨੀ ਪਈ ਨਿਕਲਣ ਲਈ ਪਰ ਇੱਕ ਹੁੰਦਾ ਹੈ ਪੇਰੈਂਟਸ ਨੂੰ ਵੀ ਇਨਸਿਕਿਉਰिटीज ਹੁੰਦੀਆਂ ਨੇ ਹਨਾ ਤਾਂ ਉਹ ਉਹ 노 ਡਾਊਟ ਉਹ ਸੀ ਹੈ ਨਾ ਪਰ ਉਹਨਾਂ ਤੋਂ ਕਿਤੇ ਉੱਠ ਕੇ ਉਹਨਾਂ ਨੇ ਮੇਰਾ ਸਾਥ ਦਿੱਤਾ ਹੈ ਜਾਂ ਉਹਨਾਂ ਨੂੰ ਵੀ ਕੁਝ ਸੁਣਨਾ ਪਿਆ ਇਧਰੋਂ ਉਧਰੋਂ ਕਿਉਂਕਿ ਪਿੰਡਾਂ ਦਾ ਆਪਣਾ ਮਾਹੌਲ ਇਦਾਂ ਦਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ ਜੇ ਕੁੜੀ ਜਾ ਰਹੀ ਹੈ ਤਾਂ ਇਹ ਸਹੀ ਜਾ ਰਹੀ ਹੈ ਜਾਂ ਨਹੀਂ ਜਾ ਰਹੀ ਇਹਨੂੰ ਇਹ ਕਿਉਂਦਾ ਨਾ ਕਿ ਜੇ ਕੰਮ ਕਰ ਰਹੀ ਹੈ ਤਾਂ ਇਹਦਾ ਇਨ ਫਿਊਚਰ ਇਹਨੂੰ ਕੀ ਹੋਏਗਾ ਇਹਦਾ ਰਿਜ਼ਲਟ ਕੀ ਹੋਏਗਾ ਨਾ ਤਾਂ ਉਹ ਇਨਸਿ큐ਰਟੀਜ਼ ਨੂੰ ਛੱਡ ਕੇ ਮੇਰੇ ਮਾਪੇ ਨੇ ਮੇਰਾ ਸਾਥ ਦਿੱਤਾ ਹੈ ਸੋ ਉਹਨਾਂ ਦੇ ਕਰਕੇ ਮੈਂ ਇੱਥੇ ਹਾਂ ਡੈਫੀਨਿਟਲੀ ਅੱਛਾ ਸਾਨੂੰ ਨਹੀਂ ਪਤਾ ਹੁੰਦਾ ਅਸੀਂ ਸਿਰਫ ਮਿਹਨਤ ਕਰ ਰਹੇ ਹੁਣੇ ਫਿਊਚਰ ਦੇ ਵਿੱਚ ਕਿੱਦਾਂ ਹੋਣਾ ਕੀ ਕਿਉਂਕਿ ਅਸੀਂ ਸੱਚੇ ਦਿਲੋਂ ਕੰਮ ਕਰ ਰਹੇ ਹੁਣੇ ਪਰ ਸਾਡੀ ਸੋਸਾਇਟੀ ਵਾਲੇ ਨੂੰ ਵੱਧ ਪਤਾ ਹੁੰਦਾ ਹੈ ਹੈ ਨਾ ਉਹਨਾਂ ਨੇ ਸਾਡਾ ਫਿਊਚਰ ਪਹਿਲੇ ਡਿਸਾਈਡ ਕਰ ਲਿਆ ਹੁੰਦਾ ਵੀ ਨਹੀਂ 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 ਇਹ ਤਾਂ ਲਾਈਨ ਸਹੀ ਨਹੀਂ ਆ ਇੱਕ ਕੁੜੀ ਕਿਹੜੇ ਕੰਮ ਪਾਤੀ ਇਹਨਾਂ ਨੇ ਪਿੰਡਾਂ ਵਾਲੀ ਤਾਂ ਜ਼ ਕਹਿੰਦੇ ਨੇ ਪਤਾ ਨਹੀਂ ਇਹ ਅੱਛਾ ਇਦਾਂ ਵੀ ਹੁੰਦਾ ਹਾਲ ਹੀ ਦੇ ਵਿੱਚ ਮੈਂ ਵੈਸੇ ਕਿਸਾ ਜਿਵੇਂ ਤੁਸੀਂ ਪਿੰਡ ਦੀ ਗੱਲ ਕੀਤੀ ਹੈ ਨਾ ਮੇਰੇ ਭਾਜੀ ਹੋਣੀ ਆ ਤੇ ਉਹ ਮੈਜੋਰ ਨੇ ਕਾਫੀ ਉਹਨਾਂ ਦੇ ਦੋ ਬੱਚੇ ਨੇ ਮੇਰੀ ਉਮਰ ਦੇ ਤੇ ਉਹਨਾਂ ਨੂੰ ਜਿੰਮ ਦਾ ਬੜਾ ਸ਼ੌਂਕ ਆ ਉਹਨੂੰ ਲੈਂਦਾ ਸੀ ਪੂਰੀ ਲੀਨ ਬਾਡੀ ਕਰਕੇ ਮੈਂ ਕੰਪੀਟੀਸ਼ਨ ਦੇ ਵਿੱਚ ਜਾਣਾ ਆ ਪਿੰਡ 'ਚ ਰਹਿੰਦੇ ਨੇ ਮਾਨਸੇਵਾਲ ਦੇ ਨੇ ਤੇ ਪਿੰਡ ਵਾਲੇ ਉਹਨਾਂ ਨੂੰ ਪਤਾ ਕੀ ਕਹਿੰਦੇ ਇਹ ਤਾਂ ਨਸ਼ੇ ਕਰਨ ਲੱਗ ਗਿਆ ਇਹਨੇ ਇਹਨੇ ਤਾਂ ਮਰ ਜਾਣਾ ਇਹਦਾ ਕੋਈ ਹੱਲ ਨਹੀਂ ਇਹਨੂੰ ਬਚਾ ਲਓ ਤੁਸੀਂ ਉਹਨਾਂ ਨੇ ਨਹੀਂ ਦੇਖਿਆ ਡਾਈਟ ਕਿਵੇਂ ਲੈ ਰਹੇ ਨੇ ਜਿਮ ਜਾ ਰਹੇ ਨਹੀਂ ਪਿੰਡ ਵਾਲਿਆਂ ਨੇ ਬਸ ਇੱਕ ਅਜ਼ੰਪਸ਼ਨ ਬਣਾ ਲਈ ਕਿ ਪੱਕਾ ਨਸ਼ੇ ਕਰਦਾ ਹੋਣਾ ਜਾਂ ਇਹਨੂੰ 슈ਗਰ ਹੋਈ ਹੋਣੀ ਹੈ ਜੀ ਹੈਨਾ ਇਹ ਕਿੱਦਾਂ ਮਤਲਬ ਕਿ ਆਪਣੇ ਆਪ ਸੋਚ ਲੈਂਦੇ ਨੇ ਜਦਕਿ ਜਦੋਂ ਆਪਣੇ ਬੱਚੇ ਕਰਨ ਫਿਰ ਉਹ ਕਹਿੰਦੇ ਨਹੀਂ ਸਾਡਾ ਬੱਚਾ ਤਾਂ ਸਹੀ ਆ ਹੈ ਨਾ ਇਹ ਮੈਂਟੈਲਿਟੀ ਚੇਂਜ ਨਹੀਂ ਹੋਊਗੀ ਸਰਗੀ ਜੀ ਕਦੇ ਪਿੰਡਾਂ ਦੀ ਸਪੈਸ਼ਲੀ ਨਹੀਂ ਬਿਲਕੁਲ ਹੋ ਰਹੀ ਹੈ ਜੀ ਹੋ ਰਹੀ ਹੈ ਤੁਹਾਨੂੰ ਲੱਗਦਾ ਹੈ ਨਹੀਂ ਨਹੀਂ ਬਹੁਤ ਫਰਕ ਆ ਅੱਜ ਕੱਲ ਤੇ ਮਤਲਬ ਹਰ ਬੱਚਾ ਕਿਸੇ ਦਾ ਕੋਈ ਬਾਹਰ ਸਟਡੀ ਕਰ ਰਿਹਾ ਹੈ ਬਾਹਰ ਹਾਂ ਜੀ ਜਦੋਂ ਮੈਂ ਕੋਰੀਆ ਨੂੰ ਪਹਿਲਾਂ ਸਟੱਡੀ ਲਈ ਵੀ ਈਵਨ ਮੈਨੂੰ ਵੀ ਕਹਿੰਦੇ ਸੀ ਕਿ ਬਹੁਤ ਹੋ ਗਈ ਬਸ ਰਹਿਣ ਤੋਂ ਹੁਣ ਬਹੁਤ ਪੜ੍ਹਾਈ ਹੋ ਗਈ ਆ ਘਰ ਦੇ ਵੀ ਮੇਰੇ ਕਹਿੰਦੇ ਹੁੰਦੇ ਸੀ ਤੇ ਫਿਰ ਜੇ ਤੁਸੀਂ ਮਤਲਬ ਕੁਝ ਚਾਹੁੰਦੇ ਹੋ ਕਰਨਾ ਤਾਂ ਜਰੂਰ ਫਿਰ ਸਾਰੇ ਸਾਥ ਦਿੰਦੇ ਆ ਤੁਹਾਡਾ ਬਿਲਕੁਲ ਜੀ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਪੂਰੇ ਪਰਿਵਾਰ ਨੇ ਸਾਥ ਦਿੱਤਾ ਹੁਣ ਭੱਵੀ ਹੁੰਦੇ ਵੀ ਹੈ ਨਾ ਤੇ ਹੁਣ ਸੱਚੀ ਬਹੁਤ ਚੰਗਾ ਲੱਗਦਾ ਜਿਵੇਂ ਤੁਸੀਂ ਅੱਗੇ ਵਧ ਰਹੇ ਹੋ ਹੌਲੀ ਹੌਲੀ ਕਲਾਕਾਰਾਂ ਦੇ ਨਾਲ ਗੀਤ ਕਰ ਰਹੇ ਹੋ ਅੱਛਾ ਐ ਵੀ ਇਸ ਤਰ੍ਹਾਂ ਹੁਣਾਂ ਨਾਲ ਤੁਹਾਡੀ ਮੁਲਾਕਾਤ ਕਿੱਦਾਂ ਹੋਈ ਜਿਵੇਂ ਤੁਸੀਂ ਕਿਹਾ ਕਿ ਬਾਜ ਦੇ ਸਿੱਟਾ ਮੂਵੀ ਦੇ ਵਿੱਚ ਕੀ ਸੋ ਤੁਸੀਂ ਆਪ ਮ ਲਈ ਸੀ ਉਸ ਵੀਡੀਓ ਤੋਂ ਬਾਅਦ ਉਹਨਾਂ ਨੇ ਸ਼ਾਇਦ ਮੇਰੀ ਕੋਈ ਵੀਡੀਓ ਸੁਣੀ ਸੀ ਇਦਾਂ ਹੀ ਸ਼ਾਇਦ ਟਿਕਟੌਕ ਤੋਂ ਤਾਂ ਇੰਸਟਾਗ੍ਰਾਮ ਤੋਂ ਸੀ ਉਹਨਾਂ ਨੇ ਤੇ ਉਹ ਵੀਡੀਓ ਸੁਣ ਕੇ ਉਹਨਾਂ ਨੇ ਮੈਨੂੰ ਇੰਸਟਾਗ੍ਰam ਤੇ ਸੀ ਸਾਰੀ ਇੰਸਟਾਗ੍ਰam ਤੋਂ ਉਹਨਾਂ ਦਾ ਮੈਨੂੰ ਮੈਸੇਜ ਆਇਆ ਸੀ ਕਿ ਉਹਨਾਂ ਕੋਲ ਹੀ ਉਹਨਾਂ ਨੂੰ ਸ਼ਾਇਦ ਉਹਦਾਂ ਦੀ ਆਵਾਜ਼ ਚਾਹੀਦੀ ਸੀ ਬਾਜਰੇ ਦਾ ਸਿੱਟਾ ਮੂਵੀ ਲਈ ਇਹਨਾਂ ਤਾਂ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਸੀ ਕਿ ਤੁਸੀਂ ਨੰਬਰ ਸ਼ੇਅਰ ਕੀਤਾ ਸੀਗੇ ਸਾਡੇ ਨਾਲ ਗੱਲ ਕਰਿਓ ਫਿਰ ਉਸ ਤੋਂ ਬਾਅਦ ਵੀਰੇ ਨੂੰ ਮਿਲੇ ਤਾਂ ਉਹ ਗਾਣੇ ਉਹਦਾਂ ਦੇ ਸੀ ਜਿੱਦਾਂ ਦੇ ਮਾਹੌਲ 'ਚ ਮੈਂ ਤੁਹਾਡੀ ਵੋਕਲ ਤੇ ਸੈੱਟ ਕਰ ਹਨਾ ਹੁੰਦੇ ਆ ਤੇ ਉਹ ਮੇਰੇ ਲਈ ਤਾਂ ਬੜੇ ਚਾਅ ਵਾਲੀ ਗੱਲ ਸੀ ਕਿ ਜਿਹੜੇ ਗਾਣੇ ਜਿਨ੍ਹਾਂ ਨੂੰ ਮੈਂ ਸੁਣ-ਸੁਣ ਕੇ ਵੱਡੀ ਹੋਈ ਹਾਂ ਸੁਰਿੰਦਰ ਕੌਰ ਜੀ ਨੂੰ ਨਾ ਤੇ ਉਹਨਾਂ ਦਾ ਉਹਨਾਂ ਦੇ ਉਹਨਾਂ ਦੇ ਤਰ੍ਹਾਂ ਦਾ ਕਿ ਉਹਨਾਂ ਦਾ ਹੀ ਕੰਮ ਸੀ ਕਹ ਲਓ ਹਨ ਉਹ ਉਹ ਪੁਰਾਣੇ ਗੀਤ ਉਹ ਮੂਵੀ ਵੀ ਉਦਾਂ ਦੇ ਮਾਹੌਲ ਨੂੰ ਰਿਲੇਟ ਕਰਦੀ ਸੀ ਜਿਹੜੇ ਮਾਹੌਲ ਚ ਆਪਾਂ ਪਹਿਲਾਂ ਸੁਨਦਰ ਕਾਜ ਨੂੰ ਦੇਖਿਆ ਹੈ ਸੋ ਮੇਰੇ ਲਈ ਬੜੀ ਵੱਡੀ ਗੱਲ ਸੀ ਕਿ ਮੈਨੂੰ ਉਹਦਾ ਆੜ ਬਹੁਤ ਜੀ ਬਿਲਕੁਲ ਜੀ ਬਿਲਕੁਲ ਇੱਕ ਵਾਰ ਫਿਰ ਤੋਂ ਬਹੁਤ ਸਵਾਗਤ ਹੈ ਜੀ ਥੈਂਕ ਯੂ ਸੋ ਮਚ ਅੱਛਾ ਚੰਗਾ ਲੱਗਦਾ ਪਏ ਤੁਹਾਨੂੰ ਸਾਡੇ ਸਟੂਡੀਓ ਆ ਕੇ ਗੱਲਬਾਤਾਂ ਕਰਕੇ ਬਹੁਤ ਬਹੁਤ ਮੈਨੂੰ ਮਤਲਬ ਫੀਲ ਨਹੀਂ ਹੋ ਰਿਹਾ ਕਿ ਕੋਈ ਸਪੈਸ਼ਲ ਆਪਾਂ ਕਿਸੇ ਨੂੰ ਮਿਲੇ ਗਏ ਆ ਯਾ ਵਧੀਆ ਅੱਛਾ ਫੀਲ ਹੋ ਰਿਹਾ ਜਿੱਦਾਂ ਕਿ ਇੱਕ ਫਰੈਂਡ ਨੂੰ ਆਪਾਂ ਮਿਲੇ ਨੇ ਕਾਫੀ ਟਾਈਮ ਬਾਅਦ ਹੁੰਦਾ ਨਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਅੱਛਾ ਸਰਗੀ ਜੀ ਜਦੋਂ ਤੁਸੀਂ ਪਹਿਲੇ ਇੰਟਰਵਿਊ ਕੀਤੀ ਸੀਗੀ ਹਮੇਸ਼ਾ ਜਦੋਂ ਵੀ ਅਸੀਂ ਨਵਾਂ ਕੰਮ ਕਰਦੇ ਹਾਂ ਸਾਡੇ ਹੁੰਦਾ ਨਾ ਥੋੜੀ ਜਿਹੀ ਉਹ ਹੁੰਦੀ ਆ ਡਰ ਜਾਂ ਪਹਿਲੀ ਵਾਰ ਕਿ ਨਹੀਂ ਨਹੀਂ ਹਾਂਜੀ ਹੋਈ ਸੀ ਕਿਉਂਕਿ ਮੈਂ ਕਦੀ ਮੈਨੂੰ ਨਾ ਹਮੇਸ਼ਾ ਝਿਜਕ ਕਰਾਂਦੀ ਆ ਗੱਲਾਂ ਬਾਤਾਂ ਮੈਨੂੰ ਬਹੁਤ ਘੱਟ ਆਉਂਦੀਆਂ ਨੇ ਯਾਰ ਜਾਂ ਕਿਸੇ ਨਾਲ ਕਿਸ ਨੂੰ ਫੇਸ ਟੂ ਫੇਸ ਮੈਂ ਬਹੁਤ ਘੱਟ ਲੋਕਾਂ ਚ ਵਿਚਰੀਆਂ ਤਾਂ ਤੇ ਉਹ ਉਹ ਮੇਰੇ ਜਦੋਂ ਬਹੁਤ ਜ਼ਿਆਦਾ ਸੀ ਮੈਨੂੰ ਸਟਾਰਟਿੰਗ ਸੇ ਬਹੁਤ ਲੱਗਿਆ ਓਕੇ ਹੌਲੀ ਹੌਲੀ ਉਹ ਚੀਜ਼ਾ ਥੋੜੀ ਜਿਹੀ ਹੌਲੀ ਹੌਲੀ ਜਾ ਰਹੀ ਹੈ ਕਿ ਨਹੀਂ ਇਹ ਕੁਝ ਵੱਡਾ ਨਹੀਂ ਹੈ ਨਾਰਮਲੀ ਆਪਾਂ ਜਿੱਦਾਂ ਆਪਾਂ ਗੱਲ ਕਰਦੇ ਆ ਕਿਉਂਕਿ ਆਪਾਂ ਕਿਹੜਾ ਕੁਝ ਬਣਾ ਕੇ ਕੁਝ ਨਵਾਂ ਪੇਸ ਕਰਨਾ ਜੋ ਹੈ ਆਪਣੇ ਕੋਲ ਬਿਲਕੁਲ ਜੀ ਬਿਲਕੁਲ ਮੈਨੂੰ ਲੱਗਦਾ ਇੰਟਰਵਿਊ ਦੀ ਖਾਸ ਗੱਲ ਇਹੀ ਹੈ ਜੋ ਤੁਸੀਂ ਹੋ ਉਹੀ ਤੁਸੀਂ ਕਰਨਾ ਬੋਲਣਾ ਹੈ ਨਾ ਸੋ ਜੀ ਤੁਹਾਡੀ ਫੈਮਿਲੀ ਤੁਹਾਡੇ ਨਾਲ ਜਾਣਦੀ ਰਹੀ ਹੈ ਜਿਵੇਂ ਤੁਸੀਂ ਕਿਹਾ ਹੈ ਨਾ ਇੰਡਸਟਰੀ ਜਿੱਥੇ ਵੀ ਜਦੋਂ ਵੀ ਜਾਣਾ ਤੇ ਹੁਣ ਗੱਲਾਂ ਬਾਤਾਂ ਹੋਣਗੀਆਂ ਇਨਵੈਸਟ ਨਾਲ ਜਿਹੜੀਆਂ ਹੋਈਆਂ ਜੀ ਤੁਹਾਨੂੰ ਬਹੁਤ ਸਾਰੇ ਪਿਆਰ ਕਰਨ ਵਾਲੇ ਨੇ ਤੁਸੀਂ ਤੁਹਾਨੂੰ ਬਹੁਤ ਸਾਰੇ ਲੋਕ ਸੁਣਦੇ ਨੇ ਰਾਈਟ ਤੁਹਾਡੇ ਗੀਤਾਂ ਨੂੰ ਪਸੰਦ ਵੀ ਕਰਦੇ ਨੇ ਬਟ ਸਰਗੀ ਮਾਨ ਹੁਣੀ ਕਿ ਇਹਨਾਂ ਨੂੰ ਸੁਣਨਾ ਜ਼ਿਆਦਾ ਪਸੰਦ ਕਰਦੇ ਨੇ ਜਿਵੇਂ ਤੁਸੀਂ ਕਿਹਾ ਸੁਰਿੰਦਰ ਕੌਰ ਜੀ ਹੁਣੇ ਹੈਨਾ ਸੋ ਹੋਰ ਕਿਹੜੇ ਕਿਹੜੇ ਕਲਾਕਾਰ ਨੇ ਸੁਰਿੰਦਰ ਕੌਰ ਜੀ ਨੂੰ ਮੈਂ ਬਚਪਨ ਤੋਂ ਲੈ ਕੇ ਸੁਣਦੇ ਰਹੀਆਂ ਕਿਉਂਕਿ ਅਸੀਂ ਕਿਤੇ ਜਾਣਾ ਹੁੰਦਾ ਕਿਸੇ ਫੰਕਸ਼ਨ ਦੀ ਤਿਆਰੀ ਕਰਨੀ ਹੁੰਦੀ ਤਾਂ ਮੈਂ ਮੋਸਟਲੀ ਮੇਰੀ ਪ੍ਰਫਰੈਂਸ ਹੁੰਦੀ ਸੀ ਕਿ ਮੈਂ ਉਹਨਾਂ ਦਾ ਕੁਝ ਗਾਵਾਂ ਤੇ ਉਸ ਤੋਂ ਬਿਨਾ ਅੱਜਕੱਲ ਵੀ ਬਹੁਤ ਸਾਰੇ ਆਰਟਿਸਟ ਨੇ ਰੇਸ਼ਮਾ ਜੀ ਨੂੰ ਮੈਂ ਬਹੁਤ ਸੋਹਣਿਆ ਪੁਰਾਣਾ ਚੋ ਤੇ ਤੇ ਸੰਦਰ ਸਰਤਾਜ ਜੀ ਦਾ ਮੈਂ ਨਾਮ ਅਕਸਰ ਲੈਂਦੀ ਆ ਕਿ ਇਹਨਾਂ ਦੇ ਫੈਨ ਹੈ ਤੁਸੀਂ ਜੀ ਜੀ ਆਪਣੇ ਮਾਈ ਫੇਵਰਿਟ ਹੈ ਤੇ ਬਹੁਤ ਆਰਟਿਸਟ ਨੇ ਹੋਰ ਕਿਨੇ ਕਿਨੇ ਠੀਕ ਹੈ ਜੀ ਠੀਕ ਹੈ ਵੈਸੇ ਸਰਤਾਜ ਜੀ ਉਹਨਾਂ ਨੂੰ ਕੌਣ ਨਹੀਂਸੋ ਹੁੰਦਾ ਜੀ ਹੈ ਨਾ ਮੇਰੇ ਪਪਾ ਨੂੰ ਬੜੇ ਪਸੰਦ ਨੇ ਤੇ ਆਪਾਂ ਨੂੰ ਵੀ ਉਹਨਾਂ ਦੇ ਗੀਤ ਬਹੁਤ ਪਸੰਦ ਨੇ ਤੇ ਜੱਸੀ ਗਿੱਲ ਗੁਲਾਬ ਸਿੱਧੂ ਤੇ ਸੁਰਜੀਤ ਪੱਤਰ ਹੁਣ ਤੁਸੀਂ ਸਾਰਿਆਂ ਨੇ ਕੰਮ ਕਰ ਚੁੱਕਿਓ ਸੋ ਹੁਣ ਹੈਗਾ ਕਿ ਹਮੇ ਇਨਾਂ ਦਾ ਕੰਮ ਕਰਨਾ ਰਹਿੰਦਾ ਜਾਂ ਫਿਰ ਡਰੀਮਾ ਹੌਲੀ ਹੌਲੀ ਮੇਰਾ ਕੰਮ ਉਹਨਾਂ ਤੱਕ ਪਹੁੰਚੇ ਉਹ ਆਪ ਪ੍ਰੈਸ ਕਰਨ ਇੱਕ ਅੰਦਰੋਂ ਦੀ ਤਮੰਨਾ ਨਹੀਂ ਹੁੰਦੀ ਉਹ ਚੀਜ਼ ਹੈਗੀ ਹੈ ਹਜੇ ਵੀ ਆਬਵੀਅਸਲੀ ਹੋਏਗੀ ਬਟ ਕਿਹਦੇ ਕਲਾਕਾਰ ਦੇ ਨਾਲ ਹੈਗੀ ਆ ਉਹ ਚੀਜ਼ ਅ ਨਹੀਂ ਕੁਇਆ ਦਾ ਸਪੈਸ਼ਲ ਕੋਈ ਨਾਮ ਨਹੀਂ ਮੈਂ ਲਵਾਂਗੀ ਕਿਉਂਕਿ ਨਹੀਂ ਮੇਰੇ ਇਸ ਟਾਈਮ ਕੁਝ ਹੈ ਇਦਾਂ ਜਹਨ ਜੇ ਠੀਕ ਹੈ ਵੀ ਇਹਨਾਂ ਨਾਲ ਕੰਮ ਕਰਨਾ ਹੈ ਤਾਂ ਆਪਣੀ ਇੰਡਸਟਰੀ ਚ ਬਹੁਤ ਵਧੀਆ ਆਰਟਿਸਟ ਨੇ ਬਿਲਕੁਲ ਜੀ ਤੇ ਹੁਣੇ ਅਸੀਂ ਪਿੱਛੇ ਜੇ ਜਸੀ ਗਿਲਵਾ ਜਿੰਨਾ ਕੀ ਤੱਕ ਲੈ ਆਪਿਕਾ ਹੈਪੀ ਦਾ ਕੋਟੀ ਕਿਤੇ ਦਾ ਲਿਖਿਆ ਹੋਇਆ ਜੀ ਸੋ ਬੜਾ ਵਧੀਆ ਲੱਗਦਾ ਨਵੇਂ ਆਰਟਿਸਟ ਵੱਡੇ ਆਰਟਿਸਟਾਂ ਨੂੰ ਮਿਲ ਕੇ ਉਹਨਾਂ ਤੋਂ ਸਿੱਖਣ ਨੂੰ ਕੁਝ ਮਿਲਦਾ ਉਹਨਾਂ ਦੀ ਉਹਨਾਂ ਦੀ ਹੰਬਲਨੈਸ ਮਤਲਬ ਕੈਸੇ ਨੇਚਰ ਨੇ ਉਹਨਾਂ ਦੇ ਐਸੇ ਮੁਕਾਮ ਤੇ ਜਾ ਕੇ ਵੀ ਅੱਜ ਵੀ ਉਹ ਡਾਊਨ ਟੂ ਅਰਥ ਨਹੀਂ ਅੱਛਾ ਇਹ ਚੀਜ਼ ਲੱਗਦੀ ਹੈ ਨਾ ਕਈਆਂ ਨੂੰ ਨਾ ਥੋੜਾ ਜਿਹਾ ਉਹ ਹੁੰਦੀ ਹੈ ਮਨ ਦੇ ਵਿੱਚ ਕਿ ਉਹ ਆਰਟਿਸਟ ਮੈਨੂੰ ਲੱਗਦਾ ਕਿ ਕਈ ਲੋਕਾਂ ਦੀ ਹੁੰਦੀ ਹੈ ਕਿ ਉਹ ਬਹੁਤ ਵੱਡਾ ਆਰਟਿਸਟ ਆ ਬਟ ਉਹਦੇ 'ਚ ਨਾ ਆਕਰ ਬਹੁਤ ਹੋਣੀ ਆ ਸੋ ਇਦਾਂ ਤੁਹਾਨੂੰ ਕਦੇ ਲੱਗਿਆ ਸੀ ਕਿ ਕਿਸੇ ਆਰਟਿਸਟ ਦੇ ਵਿੱਚ ਕਿ ਨਹੀਂ ਉਹ ਹੰਬਲ ਨਹੀਂ ਹੋਏਗਾ ਉਹ ਥੋੜਾ ਜਿਹਾ ਰੂਡ ਹੋਏਗਾ ਬਟ ਜਦੋਂ ਤੁਸੀਂ ਉਹਨੂੰ ਮਿਲੇ ਤਾਂ ਲੱਗਿਆ ਨਹੀਂ ਬਈ ਇਹ ਤਾਂ ਬਹੁਤ ਹੀ ਹੰਬਲ ਆ ਇਹ ਬਹੁਤ ਹੀ ਪਿਆਰਾ ਆ ਕਾਈਂਡ ਆਫ ਡੀਲ ਬਹੁਤ ਅੱਛੇ ਕਰਦੇ ਲੋਕਾਂ ਦੇ ਨਾਲ ਨਹੀਂ ਮੈਨੂੰ ਮੈ ਕੋਈ ਇਦਾਂ ਲੱਗਿਆ ਨਹੀਂ ਮੈਂ ਕਦੀ ਇਦਾਂ ਮਿਲੀਆਂ ਤੇ ਬਾਅਦ ਚ ਮੈਨੂੰ ਹੰਬਲ ਲੱਗਿਆ ਉਹਨੇ ਨੇ ਅੱਛੇ ਮਿਲੇ ਸਭ ਅੱਛੇ ਸੱਚੀ ਤੂੰ ਸਿਕਾਟੀ ਬੋਲਦੀ ਸਰਗੀ ਵੀ ਇਹ ਤਾਂ ਮੈਂ ਬਹੁਤ ਬੋਲ ਰਹੀ ਹਾਂ ਜਾਰੇ ਬੋਲਦੇ ਹੋ ਇਹ ਮਤਲਬ ਮੇਰਾ ਮੇਰਾ ਜਿਵੇਂ ਸ਼ੁਰੂ ਤੋਂ ਬਚਪਨ ਤੋਂ ਰਿਹਾ ਨਾ ਕਿ ਮੈਂ ਬਹੁਤ ਘੱਟ ਮਤਲਬ ਇੱਕ ਸ਼ਾਇ ਹੈ ਗੈਲੋ ਨੂੰ ਆ ਬਹੁਤ ਇਨਵੋਲਵ ਨਹੀਂ ਹੁੰਦਾ ਕਿਸੇ ਚੀਜ਼ ਚ ਉਹਦਾ ਦਾ ਬੱਚਾ ਸੀ ਮੈਂ ਅੱਜ ਆਪਾਂ ਉਹਦੇ ਤੁਹਾਨੂੰ ਇਹ ਨਹੀਂ ਦੇਣਾ ਅੱਜ ਤਾਂ ਜਮਾ ਨਹੀਂ ਅੱਜ ਮਤਲਬ ਕਿ ਸਰਗੀ ਜੀ ਹੁਣੀ ਜ਼ਿਆਦਾ ਬੋਲਣਗੀ ਤੁਹਾਨੂੰ ਪਤਾ ਮੈਂ ਥੋੜਾ ਜ਼ਿਆਦਾ ਬੋਲਦੀ ਹਾਂ ਮੈਂ ਘੱਟ ਬੋਲਾਂਗੀ ਨਹੀਂ ਅੱਛਾ ਬਚਪਨ ਇਹ ਕੁਝ ਗੱਲ ਦੱਸੋ ਕਿਉਂਕਿ ਤੁਹਾਡੇ ਬਾਰੇ ਬਹੁਤ ਕੁਝ ਜਾਨਣਾ ਚਾਹੁੰਦੇ ਆਪਾਂ ਬਚਪਨ ਦੇ ਵਿੱਚ ਕੁੱਟ ਖਾਧੀ ਹੈ ਕਿ ਨਹੀਂ ਵੈਸਾ ਸਾਰੇ ਖਾਂਦੇ ਆ ਕੁੱਟ ਪਰ ਕੁੜੀਆਂ ਘੱਟ ਖਾਂਦੀਆਂ ਕੁੱਟ ਤੁਸੀਂ ਖਾਧੀ ਖਾਧੀ ਹੈ ਸੱਚ ਬੋਲਿਆ ਸੱਚ ਬੋਲਿਆ ਹਾਂ ਕਿਸ ਗੱਲੋਂ ਆਈ ਮੀਨ ਪੜਾਈ ਦੇ ਕਰਕੇ ਜਾਂ ਸ਼ਰਾਰਤ ਕਰਕੇ ਮੈਂ ਮੈਂ ਜਿੱਦੀ ਸੀ ਬਹੁਤ ਮਤਲਬ ਇੱਕ ਗੱਲ ਰਿਅਲਿਟੀ ਹੈ ਹਾਂਜੀ ਮੇਰੇ ਮਤਲਬ ਕੁਝ ਗੱਲਾਂ ਮੈਨੂੰ ਯਾਦ ਨੇ ਕੁਝ ਮੈਨੂੰ ਘਰ ਦੇ ਦੱਸਦੇ ਨੇ ਕਿ ਜਿਵੇਂ ਕਿ ਛੋਟਾ ਜਿਹਾ ਇਨਸੀਡੈਂਟ ਸਾਡੇ ਘਰੇ ਮਤਲਬ ਛੋਟੀ ਹੁੰਦੀ ਮੈਨੂੰ ਯਾਦ ਨਹੀਂ ਉਹ ਮਮਾ ਕਹਿੰਦੇ ਵੀ ਵੀ ਅਸੀਂ ਕੋਈ ਸ਼ਾਪਿੰਗ ਕਰਕੇ ਆਏ ਸੀ ਨਵੇਂ ਕੱਪੜੇ ਤੇਰੇ ਲਈ ਲੈ ਕੇ ਆਏ ਸੀ ਵੀ ਆਪਾਂ ਕਿਸੇ ਦੀ ਮੈਰਿਜ ਤੇ ਜਾਣਾ ਸੀ ਉੱਥੇ ਪਾਣਾ ਤੇ ਤੂੰ ਜिद ਕਰਨ ਲੱਗੀ ਵੀ ਤੂੰ ਅੱਜ ਹੀ ਇਹ ਕੱਪੜੇ ਪਾਣਿਆ ਮੈਂ ਅੱਛਾ ਰਾਜੀ ਦਿਓ ਮੈਨੂੰ ਤੇ ਉਹ ਹੁੰਦਾ ਨਾ ਕਿ ਇੱਕ ਪਹਿਲਾਂ ਸੀ ਕਿ ਆਪਾਂ ਇੱਕ ਕੱਪੜੀ ਲੈਂਦੇ ਸੀ ਤੇ ਹਾਂ ਇਹ ਫਲਾਨੀ ਜਗ੍ਹਾ ਤੇ ਪਾਣਾ ਹੈ ਉਸ ਤੋਂ ਉਸ ਤੋਂ ਮੇਰਾ ਤੁਹਾਨੂੰ ਨਹੀਂ ਮਿਲੂਗਾ ਮੈਂ ਹਾਂ ਹੁੰਦਾ ਸੀ ਮਤਲਬ ਮੈਂ ਉਹ ਚੀਜ਼ ਨੂੰ ਲੈ ਕੇ ਮੈਂ ਬਹੁਤ ਜिद ਕੀਤੀ ਮੈਂ ਘਰੇ ਕੋਈ ਸਮਾਨ ਇੱਧਰ ਉੱਧਰ ਕੀਤਾ ਤੇ ਫਿਰ ਕਰਦਿਆ ਨੇ ਮੇਰੇ ਪਾਤੇ ਉਹ ਕੱਪੜੇ ਅੱਛਾ ਹੋ ਗਿਆ ਤਾਂ ਮਤਲਬ ਕਿ ਆਪਣੀ ਜ਼ਿੱਦ ਪੁਗਾ ਲਈ ਹਾਂਜੀ ਮੈਂ ਇਹ ਜਿੱਦ ਕਰਕੇ ਮੈਂ ਬਹੁਤ ਕੁੱਟਖਾਦੀ ਆ ਪਹਿਲਾਂ ਜਿੱਦ ਕਰਕੇ ਯਾਦ ਆ ਮਮੀ ਨੇ ਨਾਨਕੇ ਜਾਣਾ ਤੇ ਮੈਨੂੰ ਕਹਿੰਦਾ ਤੈਨੂੰ ਲੈ ਕੇ ਨਹੀਂ ਜਾਣਾ ਫਿਰ ਮੈਂ ਜਿੱਦ ਕਰਨੀ ਫਿਰ ਮੇਰੇ ਕੁੱਟ ਪੈਂਦੀ ਕੁੱਟ ਪੈਂਦੀ ਫੇ ਲੈ ਕੇ ਜਾਂਦੀ ਸੀ ਨਾਲ ਨਹੀਂ ਇੱਕ ਵਾਰੀ ਮੈਨੂੰ ਯਾਦ ਆ ਮੈਨੂੰ ਨਹੀਂ ਲੈ ਕੇ ਗਈ ਸੀ ਉਹ ਅੱਛਾ ਉਹ ਕਹਿੰਦੇ ਨਹੀਂ ਹੁੰਦੇ ਸਾਡੇ ਬਜ਼ੁਰਗ ਇਹਨਾਂ ਆਤੀ ਥੋਤੀ ਰਹੇ ਹਿੰਦੇ ਕਹਿੰਦੇ ਕਿਵੇਂ ਆਈ ਨਹੀਂ ਮੈਨੂੰ ਤਾਂ ਨਵਾਉਂਦੇ ਵੀ ਨਹੀਂ ਹੁੰਦੇ ਜਦੋਂ ਮੇਰੀ ਕੋਈ ਤਿਆਰੀ ਨਹੀਂ ਹੁੰਦੀ ਸੀ ਮੈਂ ਜਿੱਦ ਕਰਨੀ ਹੁੰਦੀ ਸੀ ਮੈਨੂੰ ਲੈ ਕੇ ਜਾਓ ਨਾਲ ਇਹ ਫਿਰ ਉਹ ਕੰਨ ਸੀ ਨਹੀਂ ਸੀ ਲੱਗਿਆ ਇਹ ਜਿੱਦ ਹੌਲੀ ਹੌਲੀ ਕੱਟ ਗਈ ਹੈ ਵੱਧ ਗਈ ਨਹੀਂ ਕੱਟ ਗਈ ਕੱਟ ਗਈ ਕਿਉਂਕਿ ਜਾਇਜ਼ ਨਹੀਂ ਹੈ ਨਾ ਹਰ ਜਗ੍ਹਾ ਜਿੱਦ ਹਰ ਜਗ੍ਹਾ ਜਿਆਜ਼ ਨਹੀਂ ਹੈ ਬਿਲਕੁਲ আচ্ছা ਸਕੂਲ ਦਾ ਕੋਈ ਕਿੱਸਾ ਸਾਨੂੰ ਜ਼ਰੂਰ ਦੱਸੋ ਸਕੂਲ ਦੇ ਵਿੱਚ ਤੁਹਾਡਾ ਬਿਹੇਵਰ ਕਿਵੇਂ ਦਾ ਸੀ ਪੜਾਈ ਦੇ ਵਿੱਚ ਕਿਵੇਂ ਦੇ ਸੀ ਤੁਸੀਂ ਮਤਲਬ ਇੱਕ ਮੀਡੀਅਮ ਬੱਚਾ ਹੁੰਦਾ ਹੈ ਨਾ ਉਹ ਜਾਵਨ ਨੀਗਾ ਚਾਣ ਵਾਲਾ ਐ ਨਾ ਉਹ ਕੁੱਟ ਖਾਣ ਵਾਲੀ ਐ ਸੋਸ ਨਹੀਂ ਨਹੀਂ ਮਤਲਬ ਨਾਰਮਲ ਐ ਮਤਲਬ 50 50 ਕੇ ਆਲੋਪ ਕਿ 50 ਠੀਕ ਐ ਜੀ ਪੜਨ ਦੇ ਵਿੱਚ ਵੀ ਤੇ ਸ਼ਰਾਰਤਾਂ ਦੇ ਵਿੱਚ ਵੀ ਨਾਰਮਲ ਮੈਂ ਸਕੂਲ 'ਚ ਮੈਂ ਕੋਈ ਇਦਾਂ ਸ਼ਰਾਰਤਾਂ ਨੂੰ ਲੈ ਕੇ ਪੁਆਇੰਟ ਆਊਟ ਨਹੀਂ ਹੋਈ ਕਦੀ ਜਾਂ ਮੈਂ ਮਤਲਬ ਪੜਦੀ ਨਾ ਹੋਵਾਂ ਇਦਾਂ ਵੀ ਨਹੀਂ ਹੋਈ ਮੈਂ ਠੀਕ ਸੀ ਆਸਾਨੀ ਸ਼ਰਾਰਤਾਂ ਦਾ ਘਰੇ ਕਰੇ ਕਰ ਲੈਣੀ ਐ ਸਾਰਾ ਗੁੱਸਾ ਘਰੇ ਕਰੇ ਕਰ ਲੈਣਾ ਉੱਤੇ ਸਕੂਲ ਜਾ ਕੇ ਤੇ ਕੁਝ ਕਰਨਾ ਨਹੀਂ ਠੀਕ ਐ ਐਂਡ ਟੀਚਰਸ ਫੇਵਰਟ ਕੋਈ ਹੋਣੇ ਆ ਸਕੂਲ ਵਾਲੇ ਨਾਲ ਹੈਗੇ ਨਹੀਂ ਹੁਣ ਮਤਲਬ ਕਿ ਕੰਟੈਕਟ ਦੇ ਵਿੱਚ ਯਾਨੀ ਸਕੂਲ ਤੋਂ ਇੱਕ ਸਾਡੇ ਮਤਲਬ ਕਈ ਟੀਚਰਸ ਨੇ ਜਿਹੜੇ ਮਤਲਬ ਹੁਣ ਵੀ ਮੈਸੇਜ ਆ ਜਾਂਦੇ ਉਹਨਾਂ ਦੇ ਪੇਸ ਕਰਦੇ ਨੇ ਸਾਡੇ ਡਰਾਇੰਗ ਦੇ ਟੀਚਰ ਸੀ ਅੱਜ ਵੀ ਸਾਡੇ ਨਾਲ ਹੋਈ ਨੇ ਉਹ ਪਿੰਡ ਦੇ ਨਾਲ ਹੀ ਨੇ ਪੁੱਛੋ ਤੇ ਉਹਨਾਂ ਦੇ ਮੈਨੂੰ ਹੁਣ ਮੈਸੇਜ ਆਉਂਦੇ ਆ ਬੜਾ ਵਧੀਆ ਲੱਗਦਾ ਹੈ ਕਿ ਤੁਸੀਂ ਅੱਛਾ ਕਰ ਰਹੇ ਹੋ ਤੇ ਸਾਰਨੀ ਬੈਸਟ ਵਿਸ਼ੀਸ ਨਾਲ ਨੇ ਆ ਮੇਰੇ ਕਹਿ ਲਓ ਗੁਰੂ ਕਹਿ ਲਓ ਸੁਖਮੰਦਰ ਸਿੰਘ ਚੱਠਾ ਜੀ ਜਿਨ੍ਹਾਂ ਨੇ ਮੈਨੂੰ ਮਤਲਬ ਇੱਕ ਰਾਹ ਦਿਖਾਇਆ ਕਿ ਤੂੰ ਇਹਦੀ ਸਟੱਡੀ ਦੇ ਵਿੱਚ ਜਾਂ 뮤జిక్ ਦੇ ਵਿੱਚ ਹੂੰ ਹੂੰ ਸੋ ਉਹ ਅੱਜ ਵੀ ਮੈਨੂੰ ਨਾਲ ਜੁੜੇ ਹੋਏ ਨੇ ਜੀ ਚੰਗੀ ਗੱਲ ਹੈ ਜੀ ਅੱਛਾ ਕਾਲਜ ਦੇ ਵਿੱਚ ਮੈਂ ਤੁਹਾਡੇ ਇੰਟਰਵਿਊ ਸੁਣਦੀ ਸੀ ਤੇ ਮੈਂ ਤੁਸੀਂ ਕਿਹਾ ਕਿ ਤੁਸੀਂ ਬੱਚਿਆਂ ਨੂੰ ਪੜਾਇਆ ਵੀ ਆ ਰਾਈਟ ਤੇ ਉਹ ਬੱਚਿਆਂ ਦੇ ਨਾਲ ਕਿਵੇਂ ਮਤਲਬ ਕਿ ਡੀਲ ਕਰਨਾ ਔਖਾ ਬੜਾ ਮਤਲਬ ਮੈਨੂੰ ਨਹੀਂ ਪਤਾ ਮੈਨਰੇ ਲਈ ਸ਼ਬਦ ਨਹੀਂ ਆ ਬੜਾ ਔਖਾ ਹੁੰਦਾ ਆ ਉਹਨਾਂ ਲਈ ਬਹੁਤ ਪੇਸ਼ੈਂਸ ਚਾਹੀਦਾ ਆ ਸੋ ਕਿੰਨੇ ਸਾਲ ਤੁਸੀਂ ਮਤਲਬ ਕਿ ਬੱਚਿਆਂ ਨੂੰ ਪੜਾਇਆ ਮੈਂ ਤਕਰੀਬਨ 2-3 ਸਾਲ ਪੜਾਇਆ ਹੈ ਮੇਰਾ ਸਬਜੈਕਟ ਸੀ 뮤ਜ਼ਿਕ ਦਾ ਤੇ ਮੈਂ ਐਜ਼ ਅ 뮤ਜ਼ਿਕ টিਚਰ ਕੰਮ ਕੀਤਾ ਹੈ ਓਕੇ ਨਹੀਂ ਪਰ ਜਿਵੇਂ ਤੁਸੀਂ ਕਿਹਾ ਨਾ ਕਿ ਮੈਨੂੰ ਮੈਨੂੰ ਇੰਨਾ ਪਰੇਸ਼ਾਨੀ ਨਹੀਂ ਹੋਈ ਕੋਈ ਓਕੇ ਸ਼ਾਇਦ ਬੱਚੇ ਇੰਟਰਸਟਿਡ ਸੀ 뮤ਜ਼ਿਕ ਦੇ ਵਿੱਚ ਉਸ ਚੀਜ਼ ਕਰਕੇ ਅਸੀਂ ਕਨੈਕਟ ਰਹੇ ਹਾਂ ਅੱਛਾ ਮੇਰਾ ਐਕਸਪੀਰੀਅੰਸ ਰਿਹਾ ਮੈਨੂੰ ਬਹੁਤ ਵਧੀਆ ਲੱਗਿਆ ਉਹ ਟਾਈਮ ਓਕੇ ਇਹ ਮੇਰਾ ਇੱਕ ਹੋਰ ਕੁਐਸਚਨ ਆ ਜਿਵੇਂ ਕਿ ਆਬਵੀਅਸਲੀ ਤੁਹਾਡੀ ਵੋਕਲ ਇੰਨੀ ਅੱਛੀ ਹੈ ਤੁਸੀਂ ਹੁਣ ਗੀਤ ਵੀ ਆ ਰਹੇ ਨੇ ਇਹ ਜਦੋਂ ਤੁਹਾਡੀ ਰੀਲ ਵਾਇਰਲ ਹੋਈ ਆ ਉਸ ਤੋਂ ਪਹਿਲਾਂ ਤੁਸੀਂ ਪੜਾਣ ਲੱਗੇ ਸੀ ਜਾਂ ਬਾਅਦ ਛੋ ਨਹੀਂ ਉਸ ਤੋਂ ਪਹਿਲਾਂ ਪਹਿਲਾਂ ਹਾਂਜੀ ਕਿ ਉਹ ਫੇਮ ਨਹੀਂ ਮਿਲਿਆ ਸੀ ਦੈਟਸ ਵਾਈ ਕਰਕੇ ਉਹ ਕੰਮ ਕਰਨ ਮਤਲਬ ਕਿ ਪੜਾਣਾ ਪਿਆ ਬੱਚਿਆਂ ਨੂੰ ਜਾਂ ਨਹੀਂ ਕੋਈ ਡ੍ਰੀਮ ਦਾ ਹੀ ਕੋਈ ਇੱਕ ਪਾਰਟ ਸੀਗਾ ਨੇ ਉਸ ਤੋਂ ਸ਼ਾਇਦ ਸਾਲ ਪਹਿਲਾਂ ਮੈਂ ਜੌਬ ਛੱਡਤੀ ਸੀ ਓਕੇ ਤੇ ਉਹ ਦਾ ਰੀਜ਼ਨ ਇਹ ਸੀ ਕਿ ਮੈਂ ਜਦੋਂ ਮਹਾਲੀ ਸ਼ਿਫਟ ਕੀਤਾ ਸੀ ਤਾਂ ਮੈਨੂੰ ਕੁਝ ਪਤਾ ਨਹੀਂ ਸੀ ਕਿ ਮੈਂ ਕਿੱਦਾਂ ਸ਼ੁਰੂ ਕਰਾਂ ਜਾਂ ਕੀ ਬੇ ਹੋਣਾ ਕਿੰਨਾ ਗੱਲ ਕਰਾਂ ਹੈ ਕਾਈਂਡ ਆਫ ਸੋ ਮੇਰੇ ਘਰ ਦੇ ਵੀ ਕਹਿੰਦੇ ਸੀ ਵੀ ਤੂੰ ਇਕੱਲੀ ਉੱਥੇ ਕਿਵੇਂ ਰਹੇਂਗੀ ਕੀ ਕਰੇਂਗੀ ਕਿਵੇਂ ਸਰਵਾਈਵ ਕਰੇਂਗੀ ਸੋ ਉਹ ਮੇਰਾ ਇੱਕ ਜ਼ਰੀਆ ਬਣਿਆ ਕਿ ਮੈਂ ਇੰਟਰਵਿਊ ਦਿੱਤੀ ਸਕੂਲ ਦੇ ਵਿੱਚ ਤੇ ਮੇਰੀ ਸਿਲੈਕਸ਼ਨ ਹੋ ਗਈ ਤੇ ਮੈਂ ਉੱਥੇ ਉਹ ਇੱਕ ਮੇਰਾ ਮਕਸਦ ਸੀ ਕਿ ਮੈਂ ਮੈਂ ਜੌਬ ਲਈਆ ਮੈਂ 뮤ਜ਼ਿਕ ਨਾਲ ਜੁੜ ਕੇ ਉੱਥੇ ਮੈਂ ਇੱਕ ਜੌਬ ਕਰਾਂਗੀ ਤੇ ਮੈਂ ਆਪਣਾ ਇੰਡਸਟਰੀ ਦੇ ਵਿੱਚ ਵੀ ਆਨਦਾ ਹੌਲੀ ਹੌਲੀ ਇੱਕ ਹੁੰਦਾ ਨਾ ਕਿ ਇੱਕ ਸੇਫਟੀ ਵੀ ਹੋ ਜਾਂਦੀ ਹੈ ਇੱਕ ਬਿਲਕੁਲ ਜੀ ਬਿਲਕੁਲ ਅੱਛਾ ਤੇ ਉਹ ਜਿਹੜੇ ਬੱਚੇ ਆ ਹੁਣ ਟੈਕਸਟ ਕਰਦੇ ਨੇ ਕਿ ਮੈਂ ਹਾਂਜੀ ਹਾਂਦੀ ਮੈਨੂੰ ਬਹੁਤ ਕਰਦੇ ਆ ਕਈ ਬੱਚੇ ਤਾਂ ਅੱਜ ਵੀ ਕਰਦੇ ਨੇ ਉਹਦੇ ਵਿੱਚੋਂ ਮਤਲਬ ਕਦੇ YouTube ਤੇ ਮੈਨੂੰ ਕਮੈਂਟ ਮਿਲ ਜਾਂਦਾ ਹੈ ਕਿ ਤੁਸੀਂ ਸਾਡੇ ਟੀਚਰ ਸੀ ਤੁਸੀਂ ਸਾਨੂੰ ਪੜਾਇਆ ਹੈ। ਅੱਛਾ ਉਹ ਬੱਚੇ ਬਾਰੇ ਕੀ ਕਹਿੰਦੇ? ਯੂ ਮੈਮ ਨੇ ਯੂ ਸਿੰਗਰ ਨੇ ਜਿਹੜੇ ਸਾਨੂੰ ਬਣਾਉਂਦੇ ਹੁੰਦੇ ਸੀ ਸਾਡੇ ਕੋਲ ਪਿਕਚਰਸ ਜਾਂ ਵੀਡੀਓਜ਼ ਵੀ ਨਹੀਂ ਉਹ ਤਾਂ ਐਦਾਂ ਮੰਨਦੇ ਹੋਣੇ ਕਿ ਅਸੀਂ ਲਾਈਕ ਸਾਡੇ ਲਈ ਸ਼ਾਨ ਵਾਲੀ ਗੱਲ ਆ ਸੱਚੀ ਇਹ ਹੁੰਦਾ ਯਾਰ ਉਹਦੋਂ ਵੀ ਮੈਨੂੰ ਮੈਨੂੰ ਬਹੁਤ ਪਿਆਰ ਮਿਲਿਆ ਉੱਥੇ। ਉਹ ਤੁਹਾਡੀ ਸੁਭਾਅ ਤੋਂ ਹੀ ਪਤਾ ਲੱਗਦਾ ਵੇ ਜਦ ਟੀਚਰ ਹੀ ਇੰਨੀ ਪਿਆਰੀ ਹੋਵੇ ਤੇ ਆਪਣੇ ਆਪ ਸਾਰਿਆਂ ਨੇ ਫੋਨ ਕਰਕੇ ਕਹਿ ਰਹੀ ਹੈ। ਜੀ ਅੱਛਾ ਹੋਰ ਕਿਹੜੇ ਕਿਹੜੇ ਪ੍ਰੋਜੈਕਟਸ ਜਿਹੜੇ ਆਈ ਏਮ ਇਨ ਗੱਲ ਚੱਲਦੀ ਪਈ ਐ ਸਰਜੀ ਜੀ ਤੁਹਾਡੇ ਹੁਣ ਨਵੇਂ ਸਾਲ ਆ ਰਿਹਾ ਸਪੈਸ਼ਲੀ ਹਾਂ ਜੀ ਹਾਂ ਜੀ ਅਸੀਂ ਨਵੇਂ ਸਾਲ ਤੇ ਵੀ ਇੱਕ ਬੰਟੀ ਬਸਪਾ ਜੀ ਦੀ ਟੀਮ ਸਾਰੀ ਕੰਮ ਕਰ ਰਹੀ ਹੈ ਉਹਦੇ ਵਿੱਚ ਇੱਕ ਟਰੈਕ ਜਿੱਦਾਂ ਨਵੇਂ ਸਾਲ ਦਾ ਕੀ ਇਵੈਂਟ ਪਲਾਨ ਕਰਦੇ ਆ ਉਹਦਾ ਉਹਦੇ ਵਿੱਚ ਆ ਰਿਹਾ ਹੈ ਨਵੇਂ ਸਾਲ ਤੇ ਸਾਰਿਆਂ ਲਈ ਤੇ ਉਸ ਤੋਂ ਪਹਿਲਾਂ ਇੱਕ ਅਸੀਂ 22 23 ਤੱਕ ਛੱਡ ਦੇਣਗੇ ਸ਼ਾਇਦ ਸਾਰਿਆਂ ਲਈ ਇੱਕ ਧਾਰਮਿਕ ਗੀਤ ਅਸੀਂ ਕਰ ਰਹੇ ਹਾਂ ਪਹਿਲਾ ਵੀਕ ਆਇਆ ਹੈ ਨਾ ਜੀ ਜੀ ਉਹਦੇ ਵਿੱਚ ਸੱਚ ਦਾ ਮਿਊਜ਼ਿਕ ਹੈ ਤੇ ਮੀ ਇਹ ਰਾਈਟਰ ਨੇ ਜਿਹਨਾਂ ਨੇ ਲਿਖਿਆ ਹੋਇਆ ਹੈ ਠੀਕ ਹੈ ਸੋ ਉਹ ਬਹੁਤ ਜਲਦੀ ਸਭ ਤੋਂ ਪਹਿਲਾਂ ਮਤਲਬ ਹੁਣ ਲੇਟੈਸਟ ਹੋ ਹੀ ਗਿਆ ਲੇਟੈਸਟ ਹੋ ਗਿਆ ਮੈਨੂੰ ਲੱਗਦਾ ਠੀਕ ਹੈ ਜੀ ਠੀਕ ਹੈ ਵੈਸੇ ਮੈਂ ਦੱਸ ਦਿੱਤਾ ਸਰਗੀ ਜੀ ਉਹਨਾਂ ਨੂੰ ਵੀ ਇਹ ਪਿਆਰੀ ਜੀ ਗੇਮ ਹੋਣ ਵਾਲੀ ਹੈ ਵੈਸੇ ਰੈਪਿਡ ਫਾਇਰ ਹੁੰਦਾ ਹੈ ਬਟ ਤੁਹਾਡੇ ਲਈ ਥੋੜਾ ਜਿਹਾ ਡਿਫਰੈਂਟ ਕਿਉਂਕਿ ਤੁਸੀਂ ਡਿਫਰੈਂਟ ਹੋ ਨਾ ਤੁਹਾਡੀ ਵੋਕਲ ਡਿਫਰੈਂਟ ਹੈ ਠੀਕ ਹੈ ਜੀ ਜੀ ਅ ਕੁਝ ਸਵਾਲ ਨਹੀਂ ਛੋਟੇ ਛੋਟੇ ਨੇ ਜ਼ਿਆਦਾ ਨਹੀਂ ਉਹਨਾਂ ਦੇ ਤੁਸੀਂ ਗਲਤ ਜਵਾਬ ਦੇਣੇ ਆ ਰੋਂਗ ਆਨਸਰਸ ਸਰਗੀ ਜੀ ਕਹਿੰਦੇ ਵੀ ਮੈਂ ਨਾ ਗੇਮ ਦੇ ਵਿੱਚ ਥੋੜੀ ਜੀ ਯੂ ਨੋ ਬੈਡ ਹਾਂ ਮਤਲਬ ਕਿ ਨਹੀਂ ਆਉਂਦਾ ਮੈਨੂੰ ਪਰ ਇਟਸ ਓਕੇ ਟਰਾਈ ਕਰਦੇ ਹਾਂ ਲੈਟਸ ਸੀ ਕੁਝ ਵਧੀਆ ਹੈ ਨਾ ਮਰੇ ਠੀਕ ਹੈ ਜੀ ਤੁਹਾਡਾ ਫੁੱਲ ਨੇਮ ਮਨੀਸ਼ਾ ਸਹੀ ਹੈ ਤੁਹਾਡੇ ਹਸਬੰਡ ਦਾ ਨੇਮ ਨਹੀਂ ਆ ਰਿਹਾ ਕੋਈ ਨਾਮ ਹਸਬੰਡ ਦਾ ਨੇਮ ਦੱਸੋ ਰੋਂਗ ਆਨਸਰ ਦੇਣੇ ਆ कोई भी कह लो दसो कुछ भी मलकीत सिंह चलो जी ठीक तो हाँ। हाँ। <laughs> <laughs> है, है तो फोन नंबर फोन नंबर दस दस डबल नाइन डबल एट डबल नाइन ठीक है जी ठीक है तो फेवरेट सिंगर कड़ा है कोई नहीं ਕੋਈ ਨਹੀਂ ਗਲਤ ਗੱਲ ਤਾਂ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਇਹਦਾ ਮਤਲਬ ਕੀ ਸਾਰਾ ਠੀਕ ਹੈ ਤੁਹਾਡਾ ਫੇਵਰਿਟ Song ਕਿਹੜਾ ਫੇਵਰਿਟ Song एक्चुअली ਕੋਈ ਨਹੀਂ ਐਦਾਂ ਨਹੀਂ ਬੱਝ ਸਕਦੇ ਤੁਸੀਂ ਹਰ ਗੱਲ ਤੇ ਨਹੀਂ ਬੱਝਦੇ ਨਹੀਂ ਵੀ ਇੱਕ ਦੱਸਣਾ ਹੀ ਪੈਣਾ ਤੁਹਾਨੂੰ ਚਲੋ ਇੱਕ ਮੰਨ ਲਿਆ ਆਪਾਂ ਕੋਈ ਨਹੀਂ ਬਟ ਫੇਵਰਿਟ Song ਨਹੀਂ ਐਦਾਂ ਕਿਸੇ ਨੂੰ ਬੁਰਾ ਲੱਗ ਜੂਗਾ ਨਹੀਂ ਲੱਗਦਾ ਪੂਰਾ ਗੇਮ ਆ ਕਹਦੇ ਜਿਹਨੂੰ ਬੁਰਾ ਲੱਗੂ ਉਹਨੂੰ ਕਹਦੇ ਕਿ ਗੇਮ ਐਵੇਂ ਆਪਾਂ ਕੋਈ ਵੀ ਗੀਤ ਕਹਿ ਦੀ ਅਗਲਾ ਕੋਈ ਵੀ ਨਹੀਂ ਹੈ ਛੱਡ ਲਿਆ ਕਿ ਤੁਹਾਨੂੰ ਚਲੋ ਜੀ ਠੀਕ ਆ ਤੁਹਾਡਾ ਡ੍ਰੀਮ ਕੀ ਆ ਸਿੰਗਰ ਨਹੀਂ ਬਣਨਾ ਠੀਕ ਹੈ ਜੀ ਓਕੇ ਤੁਹਾਡੀ ਫੇਵਰਿਟ ਪਲੇਸ ਕਿਹੜੀ ਆ ਘਰ ਠੀਕ ਇਹ ਤਾਂ ਸੱਚ ਬੋਲਤਾ ਇਹ ਤਾਂ ਸੱਚ ਬੋਲਦਾ ਤੁਸੀਂ ਝੂਠ ਬੋਲਣਾ ਝੂਠ ਬੋਲਣਾ ਝੂਠ ਬੋਲਣਾ ਕਿਪਾ ਪਹਿਲਾਂ ਸੇ ਗੇਮ ਚ ਟਾਈਟ ਅੱਛਾ ਚਲੋ ਜੀ ਇੱਕ ਇੱਕ ਮਾਫ ਕਰ ਦਨੇ ਵੈਸੇ ਦੋ ਹੋ ਗਏ ਕਿਉਂਕਿ ਇਹਨਾਂ ਨੇ ਪਹਿਲਾ ਜਵਾਬ ਜਿਹੜਾ ਨਹੀਂ ਦਿੱਤਾ ਸੀ ਚਲੋ ਜੀ ਅਗਲਾ ਤੁਹਾਡੀਆਂ ਹੁਣ ਤੱਕ ਦੀ ਇੰਟਰਵਿਊਸ ਕਿੰਨੀਆਂ ਹੋ ਚੁੱਕੀਆਂ ਗਿਣਤੀ ਕਰਕੇ ਦੱਸੋ ਸੌ ਸੌ ਠੀਕ ਹੈ ਜੀ ਠੀਕ ਹੈ ਹਮ ਤੁਹਾਡੀ ਬੈਸਟ ਫਰੈਂਡ ਦਾ ਨਾਮ ਕੀ ਹੈ ਗਲਤ ਦੱਸਣਾ ਹੈ ਨਾ ਹਾਂਜੀ ਹਾਂਜੀ ਗਲਤ ਨਹੀਂ ਨਹੀਂ ਹੈਲਪ ਨਹੀਂ ਕੀਤੀ ਹੈਲਪ ਨਹੀਂ ਕੀਤੀ ਔਕੇ ਜੀ ਤੁਹਾਡੇ ਹਸਬੰਡ ਨੇ ਤੁਹਾਡਾ ਨੇਮ ਆਪਣੇ ਫੋਨ ਦੇ ਵਿੱਚ ਕਿਸ ਨਾਮ ਤੋਂ ਸੇਵ ਕੀਤਾ ਹੋਇਆ ਹਮ ਹੰਗਲਤ ਸੁਣਨਾ ਇਹ ਤਾਂ ਸੋਚਣਾ ਗਲਤ ਨਹੀਂ ਸੁਣਾ ਗਲਤ ਨਹੀਂ ਸੁਣਾ ਵਾਈਫ ਅਜੇ ਤੱਕ ਗੇਮ ਖੇਡਣੀ ਨਹੀਂ ਆਉਂਦੀ ਤਾਂ ਇਦਾਂ ਦੇ ਜਵਾਬ ਮੇਰੇ ਨਹੀਂ ਜੇ ਕਿਹੜੀ ਆਉਂਦੀ ਹੁੰਦੀ ਫਿਰ ਤੁਸੀਂ ਸੋਚ ਲਓ ਚਲੋ ਜੀ ਵੈਲਪੇਡ ਜਿੰਨਾ ਵੀ ਬਲੇਕਦਾ ਮੈਂ ਇੰਨੇ ਕੀ ਸਵਾਲ ਸੀ ਸੁੱਖ ਦਾ ਸਾਹ ਆਇਆ ਕਹਿੰਦੀ ਮਨੇ ਲਈ ਵਧੀਆ ਸੀ ਵਧੀਆ ਸੀ ਠੀਕ ਹੈ ਇੱਕ ਗੇਮ ਹੋਰ ਆ ਛੋਟੀ ਜੀ ਠੀਕ ਹੈ ਮੈਂ ਤੁਹਾਨੂੰ ਕੁਝ ਵਰਡਸ ਦਵਾਂਗੀ ਚਾਰ ਜਾਂ ਪੰਜ ਜਿੰਨੇ ਵੀ ਹੋਣਗੇ ਮੇਰੇ ਮਾਈਂਡ ਚ ਆਉਣਗੇ ਉਸ ਵਰਡਸ ਨੂੰ ਸੁਣ ਕੇ ਤੁਹਾਡੇ ਦਿਮਾਗ ਦੇ ਵਿੱਚ ਕਿਹੜਾ ਗੀਤ ਆਉਂਦਾ ਜਾਂ ਕਿਹੜਾ ਇਨਸੀਡੈਂਟ ਆਉਂਦਾ ਜਾਂ ਕਿਹੜੇ ਸ਼ਖਸ ਦੇ ਬਾਰੇ ਕਿਹੜੀ ਗੱਲ ਆਉਂਦੀ ਆ ਤੁਸੀਂ ਇਮੀਡੀਏਟਲੀ ਉਹ ਸ਼ੇਅਰ ਕਰਨੀ ਆ ਠੀਕ ਹੈ ਜੇ ਗਾਣਾ ਹੈ ਤਾਂ ਉਹਦੀਆਂ ਤਿੰਨ ਚਾਰ ਲਾਈਨਾਂ ਹੀ ਇੱਕ ਪੈਰਾ ਸ਼ੇਅਰ ਕਰ ਸਕਦੇ ਹੋ ਕੋਈ ਕਿੱਸਾ ਆਇਆ ਤਾਂ ਉਹ 1 ਮਿੰਟ ਦਾ ਠੀਕ ਹੈ ਜੀ ਓਕੇ ਅੱਖਾਂ ਜੋ ਮੇਰੇ ਦਿਮਾਗ 'ਚ ਆਇਆ ਸੀ ਮੈਨੂੰ ਲੱਗਦਾ ਮੈਨੂੰ ਨਹੀਂ ਕਹਿਣਾ ਚਾਹੀਦਾ ਕਿਉਂਕਿ ਸਾਡਾ ਇੱਕ ਨੈਕਸ ਟੈਗ ਆ ਰਿਹਾ ਹੈਪੀ ਰਾਈਗੋ ਦੀ ਵੀਰੇ ਦਾ ਲਿਖਿਆ ਹੋਇਆ ਹੈ ਉਹਦੀਆਂ ਕੁਝ ਲਾਈਨਾਂ ਨੇ ਪਰ ਮੇਰੇ ਮਾਈਂਡ 'ਚ ਆਈਆਂ ਸੀ ਹੁਣ ਮੈਂ ਨਹੀਂ ਤੁਸੀਂ ਸ਼ੇਅਰ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਰਿਵੀਲ ਨਹੀਂ ਹੁੰਦੀ ਹੈ ਰਿਵੀਲ ਨਹੀਂ ਹੁੰਦੀ ਹੈ ਮੈਂ ਹੋਰ ਗਾਣਾ ਸੁਣਾ ਦਿੰਦੀ ਹਾਂ ਚਲੋ ਹੋਰ ਸੁਣਾ ਅੱਖਾਂ ਦੇ ਪਰ ਹਮ ਫਿਰ ਅੱਖਾਂ ਚ ਫਾਮਾ ਕੇ ਮੈਂ ਕਜਲਾਵੇ

ਚੰਨ ਨਾਲ ਸੋਣੀ ਵੇ ਮੈਂ ਤੇਰੇ ਕਿੱਥੇ ਹੋਣੀ ਵੇ ਮੈਂ ਗੱਭਰੂ ਮੈਂ ਥੋਨੇ ਜਿੰਦਵਾਰ ਦੇ ਪਰ ਪਰ ਨਖਰੇ ਨੇ ਨਖਰੇ ਵੀ ਵਖਰੇ ਨੇ ਜੱਗ ਨਾਲ ਜਟਾ ਮੁਟਿਆਰ ਦੇ ਰੱਬ ਨੇ ਵੀ ਕੋਈ ਟਿੱਲ ਨਹੀਂ ਛੱਡੀ ਹੁਸਨ ਮੇਰੇ ਤੇ ਡੋਲਣ ਦੀ ਬੋਲੇ ਮੇਰੀ ਅੱਖ ਸੋਹਣਿਆ ਮੈਨੂੰ ਲੋੜ ਕੀ ਬੋਲਣ ਦੀ ਬੋਲੇ ਮੇਰੀ ਅੱਖ ਸੋਹਣਿਆ ਮੈਨੂੰ ਲੋੜ ਕੀ ਬੋਲਣ ਦੀ ਕੀ ਬਾਤ ਹੈ ਜੀ ਕੀ ਬਾਤ ਹੈ ਓਕੇ ਅ ਤੁਸੀਂ ਆਪਣੇ ਹਸਬੰਡ ਨੂੰ ਇੱਕ Song dedicate ਕਰਨਾ ਜ਼ਿੰਦਗੀ ਵੀ ਤੋੜੀ ਤੇਰੇ ਨਾਲ ਵੇ ਹੁੰਦੇ ਨੇ ਆ ਵੱਲੇ ਹੀ ਖਿਆਲ ਵੇ ਵੇਖੇ ਕੁਝ ਮੂਹ ਨਾ ਤੂੰ ਬੋਲ ਦੇਈ ਚੰਨ ਤਾਰੇ ਨੂੰ ਸੋਈ ਜਾਣ ਦੇ खोली दरवाजे ना जुबान दे अखा नाल गल्ला होई जान दे <laughs> क्या बात है हर चीज परफेक्टली हर चीज परफेक्टली नहीं आप बात नहीं, नहीं करना है क्योंकि तुम जित रहे हो ऐसा नहीं हो, हो सकता <laughs> okay. <laughs> mm. चाह पसंद है या कॉफी ठीक है जी फिर कॉफी तो एक गीत हो जाए <laughs> 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 हाँ तू मैं पूछा चाह पसंद है कि कॉफी मेन एवं <laughs> <laughs> नहीं याद <आ> <clears throat> हो <laughs> नहीं तो आखे okay. च... हेल्प ਐਸੀ ਤੇਰੀ ਨਿਗਾਸ ਜਨਾ ਅਗੇ ਨਹੀਂ ਆਂਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਟਾਰਟ ਕਰਦਾ ਕੀਤਾ ਨਾ ਏਟਲੀਸਟ ਵੈਲ ਦਰ ਜੀ ਇਹ ਚ ਤੁਸੀਂ ਜਿੱਤ ਗਏ ਕੋਈ ਗੱਲ ਨਹੀਂ ਪਰ ਪਹਿਲੇ ਵਾਰ ਚ ਮੈਂ ਜਿੱਤੀ ਗਏ ਠੀਕ ਹੈ ਜੀ ਡਾਂਸ ਜੀ ਜਦੋਂ ਘਰ ਦੇ ਵਿੱਚ ਕਾਫੀ ਕੰਮ ਕਾਜ ਵੀ ਕਰਨੇ ਹੁੰਦੇ ਆ ਬਾਹਰ ਵੀ ਜਾਣਾ ਹੁੰਦਾ ਯੂ نو ਕੰਮ ਕਾਜ ਕਰਨ ਤੇ ਸਾਰੀਆਂ ਚੀਜ਼ਾਂ ਨੂੰ ਯੂ نو ਹੈਂਡਲ ਕਰਨਾ ਇੱਕ ਲੇਡੀ ਦੇ ਲਈ ਥੋੜਾ ਜਿਹਾ ਟਫ ਹੋ ਜਾਂਦਾ ਹੈ ਸੋ ਉਹਨਾਂ ਚੀਜ਼ਾਂ ਨੂੰ ਕਿਵੇਂ ਕਰਦੇ ਹੋ ਆਈ ਮੀਨ ਫੈਮਿਲੀ ਦਾ ਕਿੰਨਾ ਕੇ ਸਾਥ ਆ ਜੇ ਘਰ ਦਾ ਕੰਮ ਕਰਨਾ ਉਹ ਕਹਿੰਦੇ ਨੇ ਕਿ ਨਹੀਂ ਅਸੀਂ ਕਰ ਲਾਂਗੇ ਤੂੰ ਕੋਈ ਗੱਲ ਨਹੀਂ ਆਪਣਾ ਆ ਕੰਮ ਕਰ ਸੋ ਇਹ ਚੀਜ਼ਾਂ ਕਿਵੇਂ ਹੈਂਡਲ ਕਰਦੇ ਹੋ ਨਹੀਂ ਹੁਣ ਅਸੀਂ ਜਿਵੇਂ ਅਸੀਂ ਦੋਨੋਂ ਹਸਬੰਡ ਵਾਈਫ ਇੱਥੇ ਰਹਿ ਰਹੇ ਆ ਤੇ ਬਾਕੀ ਸਾਡੀ ਫੈਮਿਲੀ ਸਾਰੀ ਨਾਬੇ ਆ ਜਾਂ ਮੇਰੀ ਬਾਕੀ ਫੈਮਿਲੀ ਬਰਤੰਡੇ ਆ ਹਾਂਜੀ ਸੋ ਅਸੀਂ ਹੁਣ ਦੋਨਾਂ ਨੇ ਹੀ ਕਰਨਾ ਏ ਜੋ ਕਰਨਾ ਏ ਤੇ ਇਹ ਬਹੁਤ ਸਪੋਰਟਿਵ ਨੇ ਕਿ ਜਦੋਂ ਵੀ ਅਸੀਂ ਕਿਤੇ ਜਾਣਾ ਹੁੰਦਾ ਜੇ ਨਹੀਂ ਕੋਈ ਕੰਮ ਹੋ ਰਿਹਾ ਮਤਲਬ ਅਸੀਂ ਉਹ ਛੱਡ ਦਿੰਨੇ ਆ ਮਤਲਬ ਵੀ ਆ ਕੇ ਕਰ ਲਾਂਗੇ ਉਹ ਕੋਈ ਇਦਾਂ ਨਹੀਂ ਹੈ ਕਿ ਹਾਂ ਇਹ ਪਹਿਲਾਂ ਇਹ ਕਰਨਾ ਹੈ ਫਿਰ ਜਾਣਾ ਹੈ ਤੇ ਅਸੀਂ ਦੋਨੇ ਬੜੇ ਅਡਜਸਟੇਬਲ ਆ ਕਿ ਕਈ ਵਾਰੀ ਉਹ ਹੈਲਪ ਕਰ ਦਿੰਦੇ ਮੇਰੀ ਕਿਸੇ ਕੰਮ 'ਚ ਅ اچھا ਹੋ ਜਾਂਦਾ ਹੈ ਮੈਨੇਜ ਹੋ ਜਾਂਦਾ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਤੁਹਾਡੇ ਹਸਬੰਦ ਦੇ ਠੀਕ ਹੈ ਜੀ ਉਹਨਾਂ ਨੂੰ ਵੀ ਨਹੀਂ ਪਤਾ ਹੋਣਾ ਓਕੇ ਮੈਂ ਨਾ ਜਿਵੇਂ ਤੁਹਾਡੀ ਇੰਟਰਵਿਊ ਕਰਨੀ ਸੀ ਓਬਵੀਅਸਲੀ ਮੈਨੂੰ ਕੰਟੈਕਟ ਨੰਬਰ ਚਾਹੀਦਾ ਸੀਗਾ ਤੇ ਇਹ ਤੁਹਾਡੀ ਕਿਸੇ ਨੇ ਇੰਟਰਵਿਊ ਕੀਤੀ ਸੀ ਉਹ ਮੇਰੀ ਦੋਸਤ ਹੈ ਮੈਂ ਉਹਨਾਂ ਨੇ ਕਿਹਾ ਕਿ ਮੈਨੂੰ ਸਰਗੀਮਾਨ ਉਹਨਾਂ ਦਾ ਨੰਬਰ ਚਾਹੀਦਾ ਵੀ ਮੈਂ ਵੀ ਉਹਨਾਂ ਦੀ ਇੰਟਰਵਿਊ ਕਰਨੀ ਆ ਤੇ ਉਹ ਮੈਨੂੰ ਕਹਿੰਦੇ ਕਿ ਉਹਨਾਂ ਦਾ ਨੰਬਰ ਤਾਂ ਨਹੀਂ ਹੈਗਾ ਵੀ ਉਹਨਾਂ ਦੇ ਹਸਬੰਦ ਸਭ ਕੁਝ ਦੇਖਦੇ ਨੇ ਤੁਸੀਂ ਉਹਨਾਂ ਦਾ ਨੰਬਰ ਲੈ ਲਓ ਠੀਕ ਹੈ ਮੈਂ ਕਿਹਾ ਠੀਕ ਹੈ ਕਹਿੰਦੇ ਮੈਂ ਕਿਹਾ ਵੀ ਉਹਨਾਂ ਦਾ ਸੁਭਾਅ ਵਧੀਆ ਨਾ ਮੈਂ ਸੱਚੀ ਪੁੱਛਿਆ ਵੀ ਨੀਤਾ ਪਤਾ ਕਿਉਂ ਕਿ ਜਿਹੜੇ ਹੈਂਡਲ ਕਰਦੇ ਹੁੰਦੇ ਨੇ ਨਾ ਸਮ ਟਾਈਮਸ ਲੱਗਦਾ ਉਹ ਥੋੜੇ ਰੂਟ ਬੋਲਦੇ ਨੇ ਕਈ ਹੈਗੇ ਨੇ ਇੰਡਸਟਰੀ ਦੇ ਵਿੱਚ ਆਓ ਜੀ ਲੋਕ ਕਿ ਰੂਟ ਬੋਲਦੇ ਨੇ ਕਹਿੰਦੇ ਨਹੀਂ ਨਹੀਂ ਵੀਰੇ ਦਾ ਸੁਭਾਅ ਬਹੁਤ ਚੰਗਾ ਆ ਬੜੇ ਪੋਲਾਈਟਲੀ ਹੈਂਡਲ ਕਰਦੇ ਨੇ 노 ਵ థాంక్యూ థాంక్యూ पण ਵੀਰੇ ਨੇ ਕਹਿਣਾ ਮੈਨੂੰ ਤਾਂ ਲੱਗਿਆ ਸੀ ਪਤਾ ਨਹੀਂ ਕਿਹੜੀ ਗੱਲ ਹੈ ਤੇ ਮਨੀਸ਼ਾ ਨੇ ਪੁੱਛਾਈ ਤੇ ਵੀਰੇ ਲੱਗੇ ਮੈਂ ਪਤਾ ਨਹੀਂ ਕੀ ਹੋਇਆ ਨਹੀਂ ਜੀ ਨਹੀਂ ਬਿਲਕੁਲ ਜੀ ਵਧੀਆ ਗੱਲ ਆ ਅ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਸਾਡਾ ਸਾਲ ਹੋਣ ਵਾਲਾ ਹੈ ਸਾਲ ਹੋਣ ਵਾਲਾ ਹੈ ਨਾ ਮੈਨਾਂ ਨੇ ਪੁੱਛੀ ਸੀ ਮੈਂ ਕਿਹਾ ਫਿਰ ਝੂੜਾ ਕਿਉਂ ਨਹੀਂ ਪਾਇਆ ਕਹਿੰਦੇ ਫਿਰ ਉਹ ਕੰਮ ਕਰਕੇ ਥੋੜਾ ਹੋ ਜਾਣਾ ਤਿੰਨ ਕਿ ਮਹੀਨੇ ਪਾਇਆ ਹੈ ਨਾ ਹਾਂਜੀ ਥੋੜਾ ਟਾਈਮ ਪਾਇਆ ਮੈਂ ਆਕੇ ਜੀ ਅੱਛਾ ਇੱਕ ਪਰਸਨਲ ਗੱਲ ਪੁੱਛਾਂ ਚਲ ਲਵ ਮੈਰਿਜ ਕਿ ਰੀਜ ਮੈਰਿਜ ਲਵ ਮੈਰਿਜ ਲਵ ਮੈਰਿਜ ਕਿਆ ਬਾਤ ਹੈ ਅੱਛਾ ਮੈਂ ਦੱਸੋ ਸਾਨੂੰ ਵੀ ਲਵ ਮੈਰਿਜ ਦੇ ਕਿਸ سے ਨਹੀਂ ਮਤਲਬ ਕਦੋਂ ਤੋਂ ਜਾਣਦੇ ਸੀ ਇੱਕ ਦੂਜੇ ਨੂੰ ਸਾਨੂੰ 4-5 ਸਾਲ ਹੋ ਗਏ 4-5 ਸਾਲ ਹੋ ਗਏ ਠੀਕ ਹੈ ਜੀ ਠੀਕ ਹੈ ਕਿੱਥੇ ਮਿਲੇ ਸੀ ਪਹਿਲੀ ਵਾਰ ਅਸੀਂ ਇੱਥੇ ਮਿਲੇ ਸੀ ਮੁਹਾਲੀ ਜੀ ਮੁਹਾਲੀ ਜੀ ਅਸੀਂ ਸਟੂਡੀਓ 'ਚ ਮਿਲੇ ਸੀ ਇੱਥੇ ਓਕੇ 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 ਸੋ ਉਹ ਪ੍ਰਪੋਜ਼ ਤੁਸੀਂ ਕੀਤਾ ਕਿ ਉਹਨਾਂ ਨੇ ਇਹ ਇਹ ਦੇ ਜਾਣ ਕੇ ਰਵਾਂਗੀ ਅੱਜ ਕਿਉਂਕਿ ਜੇ ਵੀ ਨੇ ਨਾ ਦੱਸਦੇ ਕਿ ਲੱਗ ਮੇਜਾ ਫਿਰ ਨਹੀਂ ਮੈਂ ਪੁੱਛਣਾ ਸੀ ਕੁਝ ਵੀ ਮੈਂ ਨਹੀਂ ਇਹ ਸਾਡਾ ਕੁਝ ਐਵੇਂ ਨਹੀਂ ਹੋਇਆ ਕਿ ਵੀ ਮੈਨੂੰ ਪਤਾ ਹੀ ਨਹੀਂ ਸੀ ਜਾਂ ਉਹਨਾਂ ਨੂੰ ਨਹੀਂ ਪਤਾ ਸੀ ਮਤਲਬ ਅੰਡਰਸਟੈਂਡਿੰਗ ਸੀ ਓਕੇ ਹਾਂ ਵੀ ਉਹਨਾਂ ਨੂੰ ਤੁਹਾਡਾ ਸੁਭਾਅ ਬੈਸਟ ਲੱਗਿਆ ਹੋਣਾ ਸਭ ਤੋਂ ਪਹਿਲੀ ਗੱਲ ਤਾਂ ਉਹਨਾਂ ਨੇ ਕਿਹਾ ਹੋਣਾ ਵੀ ਬੜੇ ਫਲਾਈਟ ਜੇ ਨੇ ਬੜੇ ਪਿਆਰ ਨਾਲ ਬੋਲਦੇ ਨੇ ਹੈ ਨਾ ਕਿਹਾ ਹੋਣਾ ਕਿ ਨਹੀਂ ਇਹ ਚੰਗੀ ਗੱਲ ਹੈ ਤੁਹਾਡਾ ਹਾਸਾ ਬਹੁਤ ਪਿਆਰਾ ਥੈਂਕ ਯੂ ਥੈਂਕ ਯੂ ਸੋ ਮਚ ਇੰਡਸਟਰੀ ਦੇ ਵਿੱਚ ਨਾ ਸਰਗੀਜੀ ਪੈਟਰਨ ਦਾ ਥੋੜਾ ਜਿਹਾ ਔਖਾ ਹੁੰਦਾ ਹੈ ਜਿਹੜਾ ਕੋਈ ਨਵਾਂ ਆਰਟਿਸਟ ਹੁੰਦਾ ਹੈ ਜਾਂ ਪਹਿਲੀ ਗੱਲ ਤਾਂ ਉਹਨੂੰ ਕੋਈ ਹੱਥ ਨਹੀਂ ਫੜਾਉਂਦਾ ਹੈ ਹੈਨਾ ਉਹਨੂੰ ਪੁੱਛਦਾ ਹੀ ਨਹੀਂ ਬੜੀਆਂ ਗੇੜੇ ਕਢਾਉਂਦੇ ਨੇ ਬੜੀਆਂ ਕਿਹਾ ਜਾਂਦਾ ਕੱਲ ਆਜੀ ਪਰਸੋਂ ਆਜੀ ਕੋਈ ਨਹੀਂ ਦੇਖ ਲਾਂਗੇ ਜੇ ਗਾਣਾ ਵੀ ਭੇਜਿਆ ਤਾਂ ਉਹ ਸ਼ਾਇਦ 2-2 3-3 ਮਹੀਨੇ ਪਿਆ ਰਹਿੰਦਾ ਹੈ ਰਾਈਟ ਸੋ ਇਹ ਚੀਜ਼ਾਂ ਸਹੀ ਤਾਂ ਨਹੀਂ ਹੈਗੀਆਂ ਆਬਵੀਅਸਲੀ ਗਲਤੀ ਨੇ ਬਟ ਕਹਿੰਦੇ ਆ ਕਿ ਜਦੋਂ ਬੰਦੇ ਦਾ ਟਾਈਮ ਆਣਾ ਹੁੰਦਾ ਉਦੋਂ ਕੋਈ ਰੋਕ ਵੀ ਨਹੀਂ ਸਕਦਾ ਹੈਨਾ ਸੋ ਕਦੇ ਤੁਹਾਡੇ ਨਾਲ ਇਦਾਂ ਦਾ ਇੰਸੀਡੈਂਟ ਤਾਂ ਨਹੀਂ ਹੋਇਆ ਕਿ ਤੁਸੀਂ ਕਿਸੇ ਨੂੰ ਗਾਣਾ ਭੇਜਿਆ ਹੋਵੇ ਤੇ ਉਹਨਾਂ ਨੇ ਸੁਣਤਾ ਜ਼ਰੂਰ ਲਿਆ ਹੋਵੇ ਬਟ ਰਿਸਪੌਂਸ ਨਾ ਕੀਤਾ ਹੋਵੇ ਮੈਨੂੰ ਕਹਿ ਰਹੀ ਕਿ ਨਾਮ ਦੱਸੋ ਬਟ ਇਦਾਂ ਦਾ ਕਦੇ ਹੋਇਆ ਨਹੀਂ ਹੋ ਜਾਂਦਾ ਹੈ ਕਿਉਂਕਿ ਤੁਸੀਂ ਜਿਵੇਂ ਤੁਸੀਂ ਕਿਹਾ ਨਾ ਕਿ ਟਾਈਮ ਦੀ ਗੱਲ ਹੁੰਦੀ ਹੈ ਹਾਂਜੀ ਉਹ ਪਰਮਾਤਮਾ ਹੈ ਜੋ ਕਰਨ ਕਰਾਉਣ ਵਾਲਾ ਹੈ ਤੇ ਜਦੋਂ ਉਹਨਾਂ ਨੇ ਰੱਬ ਦੀ ਮਿਹਰ ਹੋਈ ਜਾਂ ਤਾਂ ਤੁਹਾਨੂੰ ਮੈਨੂੰ ਬਹੁਤ ਬਲੀਵ ਹੈ ਇਹਨਾਂ ਚੀਜ਼ਾਂ ਦੇ ਵਿੱਚ ਜਦੋਂ ਤੁਹਾਡਾ ਟਾਈਮ ਹੋਏਗਾ ਜਦੋਂ ਰੱਬ ਨੇ ਚਾਇਆ ਤਾਂ ਉਹ ਤੁਹਾਨੂੰ ਸਭ ਮਿਲ ਜਾਊਗਾ ਜਿਹੜੇ ਜੋ ਕਦੀ ਤੁਹਾਡੀ ਕਾਲ ਇਗਨੋਰ ਕਰਦੇ ਆ ਤੁਹਾਨੂੰ ਫੋਨ ਵੀ ਕਰਨਗੇ ਸਭ ਹੁੰਦਾ ਹੈ ਫਿਰ ਤੇ ਉਸ ਰੱਬ ਤੇ ਭਰੋਸਾ ਰੱਖੋ ਤੇ ਵਧੀਆ ਰਹਿੰਦਾ ਸਭ ਮੈਨੂੰ ਲੱਗਦਾ ਇਦਾਂ ਬਹੁਤ ਸਾਰੇ ਐਗਜ਼ਾਮਪਲਸ ਨੇ ਬਟ ਆਪਾਂ ਨਹੀਂ ਗੱਲ ਕਰਾਂਗੇ ਕਿ ਜਿਨ੍ਹਾਂ ਦੇ ਕਾਲਸ ਬੰਦੇ ਨਹੀਂ ਚੁੱਕਦੇ ਤੇ ਅੱਜ ਉਹ ਬਹੁਤ ਵੱਡੇ ਆਰਟਿਸਟ ਬਣੇ ਹੋਏ ਨੇ ਤੇ ਉਹ ਵੀ ਨਾਮ ਨਹੀਂ ਲੈਂਦੇ ਵੀ ਮੈਂ ਨਾਮ ਕਿਉਂ ਲਵਾ ਹੈ ਨਾ ਠੀਕ ਹੈ ਸਭ ਦੀ ਰੋਟੀ ਚੱਲਦੀ ਪਈ ਹੈ ਤੇ ਚੱਲਦੀ ਜਾਣੀ ਚਾਹੀਦੀ ਹੈ ਟਾਈਮ ਟਾਈਮ ਦੀ ਗੱਲ ਹੁੰਦੀ ਆ ਤੇ ਅੱਜ ਟਾਈਮ ਸਰਗਿਮਾਨ ਹੋਣਾ ਦਾ ਹੈ ਤੇ ਵਾਈਬਰੂ ਮੇਰ ਕਰਨ ਤੇ ਹਮੇਸ਼ਾ ਇਹਨਾਂ ਦਾ ਹੀ ਟਾਈਮ ਰਵੇ ਤੇ ਚੱਲਦਾ ਰਹੇ ਇਸੇ ਤਰੀਕੇ ਦੇ ਨਾਲ ਬਟ ਇੰਡਸਟਰੀ ਦੇ ਵਿੱਚ ਇਦਾਂ ਦੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਫੇਮ ਸੋਸ਼ਲ ਮੀਡੀਆ ਦੇ ਉੱਤੇ ਰਹਿਣਾ ਫੇਮ ਦੇ ਵਿੱਚ ਰਹਿਣਾ ਬਹੁਤ ਪਸੰਦ ਹੁੰਦਾ ਆਪਣੇ ਗੁਨਾ ਕਰਕੇ ਰਹਿਣੇ ਉਹ ਤਾਂ ਬਹੁਤ ਚੰਗੀ ਗੱਲ ਆ ਬਟ ਕਈ ਭਾਲਦੇ ਨੇ ਕੰਟਰੋਵਰਸਿਸ ਮੈਂ ਉਹਨਾਂ ਦੀ ਗੱਲ ਕਰਦੀ ਆ ਪਰ ਦੋ ਜਣੇ ਦੀ ਕੰਟਰੋਵਰਸੀ ਦੇ ਵਿੱਚ ਨਾ ਸਰਗੀ ਜੀ ਤੀਜਾ ਜਦੋਂ ਆ ਜਾਂਦਾ ਨਾ ਉਹ ਉਹਦਾ ਕੋਈ ਮਤਲਬ ਨਹੀਂ ਹੁੰਦਾ ਮਤਲਬ ਕਿ ਉਹਨੇ ਜਸਟ ਫੇਮ ਲੈਣਾ ਹੁੰਦਾ ਰਾਈਟ ਸੋ ਇਹ ਚੀਜ਼ਾਂ ਇੰਡਸਟਰੀ ਦੇ ਵਿੱਚ ਕਿਉਂ ਹੁੰਦੀਆਂ ਆ ਮੀਨ ਤੁਸੀਂ ਹੁਣ ਪਾਰਟ ਹੋ ਇੰਡਸਟਰੀ ਦਾ ਕਾਫੀ ਟਾਈਮ ਹੋ ਗਿਆ ਤੁਹਾਨੂੰ ਸੋ ਇਹ ਚੀਜ਼ਾਂ ਕਿਉਂ ਹੁੰਦੀਆਂ ਆਪਣੇ ਗੁਣਾਂ ਨੂੰ ਲੋਕ ਕਿਉਂ ਨਹੀਂ ਅੱਗੇ ਲੈਣਾ ਚਾਹੁੰਦੇ ਜਾਂ ਕਿਤੇ ਨਾ ਕਿਤੇ ਉਹਨਾਂ 'ਚ ਗੁਣ ਹੁੰਦੇ ਵੀ ਆ ਕਲਾ ਹੁੰਦੀ ਵੀ ਆ ਫਿਰ ਵੀ ਉਹਨਾਂ ਨੂੰ ਲੱਗਦਾ ਕਿ ਅਗਰ ਅਸੀਂ ਕੌਂਟਰੋਵਰਸੀ ਕਰਕੇ ਅੱਗੇ ਆਵਾਂਗੇ ਨਾ ਤਾਂ ਅਸੀਂ ਵਧੀਆ ਰਾਵਾਂਗੇ ਜਾਂ ਅਸੀਂ ਖਬਰਾਂ ਦੇ ਵਿੱਚ ਆਵਾਂਗੇ ਸੋ ਇਹ ਚੀਜ਼ ਕਿਉਂ ਮਾਈਂਡ ਦੇ ਵਿੱਚ ਰੱਖਦੇ ਨੇ ਦੇਖੋ ਆਪਣਾ ਆਪਣਾ ਸੋਚਣ ਦਾ ਜਾਂ ਆਪਣਾ ਦੇਖਣ ਦਾ ਨਜ਼ਰੀਆ ਹਰੇਕ ਦਾ ਕਿ ਉਹਨਾਂ ਨੂੰ ਲੱਗਦਾ ਕਿ ਇਹ ਚੀਜ਼ ਸਾਡੇ ਲਈ ਸਹੀ ਆ ਹਾਂ ਤੁਸੀਂ ਵੀ ਹੁਣ ਕਨੈਕਟ ਹੋ ਪੂਰੀ ਤਰ੍ਹਾਂ ਨਾਲ ਤਾਂ ਤੁਸੀਂ ਫੀਲ ਕਰਦੇ ਹੋ ਚੀਜ਼ਾਂ ਕਿ ਕਈ ਉਹਦੇ ਫੈਮ ਲਈ ਉਹ ਚੀਜ਼ਾਂ ਕਰਦੇ ਨੇ ਪਰ ਮੈਨੂੰ ਲੱਗਦਾ ਜਿੱਥੇ ਤੁਹਾਡਾ ਜੋ ਮਤਲਬ ਤੁਹਾਡੇ ਚ ਗੁਣ ਨੇ ਜਾਂ ਤੁਹਾਡੀ ਕੁਆਲਿਟੀ ਹੈ ਕੋਈ ਉਹ ਇੱਕਦਾਂ ਇੱਕ ਦਿਨ ਸਾਹਮਣੇ ਆਊਗੀ ਉਹਦੇ ਲਈ ਤੁਹਾਨੂੰ ਕੋਈ ਸਪੈਸ਼ਲ ਐਫਰਟ ਕਰਨ ਦੀ ਲੋੜ ਨਹੀਂ ਕਿਉਂਕਿ ਸਰੋਤੇ ਨੇ ਉਹ ਬਹੁਤ ਸਿਆਣੇ ਨੇ ਹੂੰ ਉਹ ਉਹ ਸਭ ਸਮਝਦੇ ਆ ਕਿ ਇਹ ਫੇਕ ਕਰ ਰਿਹਾ ਜਾਂ ਅਸਲੀ ਕਰ ਰਿਹਾ ਤੇ ਆਪਾਂ ਉਹਨਾਂ ਨੂੰ ਬੇਵਕੂਫ ਨਹੀਂ ਬਣਾ ਸਕਦੇ ਉਹਨਾਂ ਨੂੰ ਸਭ ਪਤਾ ਹੈ ਕਿ ਕੀ ਰੀਅਲ ਆ ਕਿ ਨਹੀਂ ਹੈ ਤੇ ਉਹ ਵੀਊ ਆ ਜਾਂਦੇ ਆ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਨੂੰ ਬੇਵਕੂਫ ਬਣਾ ਦੋਗੇ ਹਨਾ ਤਾਂ ਉਹ ਲੋਕ ਸੁਣਦੇ ਆ ਤੁਹਾਡੇ ਨਾਲ ਜੇ ਕਨੈਕਟਡ ਨੇ ਤੁਹਾਡੀ ਹਰ ਗੱਲ ਨੂੰ ਸੁਣਦੇ ਆ ਮੰਨਦੇ ਆ ਤਾਂ ਉਹਨਾਂ ਨੂੰ ਤੁਸੀਂ ਪਾਗਲ ਨਹੀਂ ਬਣਾ ਸਕਦੇ ਉਹ ਸਭ ਜਾਣਦੇ ਆ ਬਿਲਕੁਲ ਜੀ ਬਿਲਕੁਲ ਅਸੀਂ ਜ਼ਿੰਦਗੀ ਬਹੁਤ ਹੀ ਵਧੀਆ ਤਰੀਕਾ ਨਾਲ ਜਿਉਣ ਆਏ ਆ ਮੈਨੂੰ ਲੱਗਦਾ ਕਿ ਹੁੰਦਾ ਜੀ ਸਮਝ ਹੀ ਨਹੀਂ ਹੁੰਦੀ ਬਟ ਜਿਵੇਂ ਤੁਹਾਨੂੰ ਪੁੱਛਿਆ ਸਰਗੀ ਜੀ ਤੁਹਾਡੇ ਲਈ ਜ਼ਿੰਦਗੀ ਕੀ ਆ ਜ਼ਿੰਦਗੀ ਮਿਲੀ ਆ ਪਰਮਾਤਮਾ ਨੇ ਸਾਨੂੰ ਦਿੱਤੀ ਆ ਓਬਵੀਅਸਲੀ ਵਧੀਆ ਕੰਮ ਕਰਨੇ ਵਧੀਆ ਲੋਕਾਂ ਦੇ ਨਾਲ ਜੁੜਨਾ ਆਪਣੇ ਪਰਿਵਾਰ ਦੇ ਨਾਲ ਰਹਿਣਾ ਬਟ ਤੁਹਾਨੂੰ ਕੀ ਲੱਗਦਾ ਜ਼ਿੰਦਗੀ ਤੋਂ ਕੀ ਤੁਸੀਂ ਐਕਸਪੈਕਟਡ ਕਰਦੇ ਹੋ ਜਾਂ ਕੀ ਸੋਚਦੇ ਹੋ ਜ਼ਿੰਦਗੀ ਤੁਹਾਡੇ ਲਈ ਕੀ ਆ ਕਿਵੇਂ ਬਤਾਉਣੀ ਆ ਕਿਸ ਤਰੀਕੇ ਦੇ ਨਾਲ ਅ ਮੈਂ ਕੁਝ ਜ਼ਿਆਦਾ ਤਾਂ ਨਹੀਂ ਬੋਲਾਂਗੀ ਤੇ ਤੇ ਕਿਉਂਕਿ ਜ਼ਿੰਦਗੀ ਮੈਨੂੰ ਮੈਨੂੰ ਫੀਲ ਹੁੰਦਾ ਜੋ ਇੱਕ ਬਹੁਤ ਸੋਹਣੀ ਤੁਹਾਡਾ ਇੱਕ ਸੋਹਣਾ ਸਫ਼ਰ ਹੈ ਹਾਂ ਤੇ ਉਹਦੇ ਵਿੱਚ ਤੁਹਾਡੇ ਨਾਲ ਚੰਗੇ ਮਾੜੇ ਤਜਰਬੇ ਹੁੰਦੇ ਆ ਚੰਗੇ ਮਾੜੇ ਲੋਕ ਜੁੜਦੇ ਆ ਸੋ ਉਤੋਂ ਤੁਸੀਂ ਬਹੁਤ ਕੁਝ ਸਿੱਖਦੇ ਹੋ ਸਿੱਖ-ਸਿੱਖ ਕੇ ਅੱਗੇ ਵਧਦੇ ਹੋ ਸੋ ਇਹੀ ਜ਼ਿੰਦਗੀ ਆ ਹੱਸਦੇ ਰਹੀਏ ਖੁਸ਼ ਰਹੀਏ ਤੇ ਕਿਸੇ ਦਾ ਮਾੜਾ ਨਾ ਕਰੀਏ ਡੈਫੀਨਿਟਲੀ ਜੀ ਡੈਫੀਨਿਟਲੀ ਮੈਨੂੰ ਲੱਗਦਾ ਇੱਕ ਅਸੂਲ ਹੋਣਾ ਚਾਹੀਦਾ ਹੈ ਸਾਡੀ ਜ਼ਿੰਦਗੀ ਦੇ ਕਿ ਐਟ ਲੀਸਟ ਅਸੀਂ ਕਿਸੇ ਦਾ ਮਾਰਾ ਨਾ ਕਰੀਏ ਜਿੱਕਰ ਅਸੀਂ ਚੰਗਾ ਵੀ ਨਹੀਂ ਕਰ ਸਕਦੇ ਰਾਈਟ ਅ ਕਦੇ ਅਫਵਾਹ ਕੋਈ ਉੱਡੀ ਸੁਣੀ ਤੁਸੀਂ ਆਪਣੇ ਬਾਰੇ ਨਹੀਂ ਨਹੀਂ ਪਰ ਜਦੋਂ ਬੰਦਾ ਫੇਮ ਦੇ ਵਿਚ ਆਉਂਦਾ ਹੈ ਨਾ ਹੌਲੀ ਹੌਲੀ ਅਫਵਾਹਾਂ ਬੜੀ ਉੜਦੀਆਂ ਨੇ ਇਹ ਸੁਣਿਆ ਤੁਸੀਂ ਕਿਸ ਅੱਛਾ ਏਦਾਂ ਹੁੰਦਾ ਕਿ ਗਾਣੇ ਬੜੇ ਲੀਕ ਹੁੰਦੇ ਨੇ ਕਹਿ ਦਿੰਦੇ ਨੇ ਕਿ ਸਾਡਾ ਗਾਣਾ ਲੀਕ ਹੋ ਗਿਆ ਸੋ ਇਹ ਵੀ ਅਫਵਾਹ ਪਤਾ ਨਹੀਂ ਜਾਣ ਕੇ ਉਡਾਈ ਜਾਂਦੀ ਪਤਾ ਨਹੀਂ ਕਈ ਵਾਰ ਤਾਂ ਹਾਸਾ ਨਹੀਂ ਹੁੰਦਾ ਇਸ ਗੱਲ ਤੇ ਸਰਗੀ ਜੀ ਨਹੀਂ ਹੁਣ ਮੈਂ ਹਜੇ ਤਾਂ ਰੀਸੈਂਟਲੀ ਤਾਂ ਕੁਝ ਸਿੱਧਾ ਦਾ ਸੁਣਿਆ ਨਹੀਂ ਪਰ ਹਲੇ ਵੀ ਲੋਕਾਂ ਦੇ ਮਨ 'ਚ ਹੈ ਕਿ ਸਾਨੂੰ ਅੱਜ ਕੱਲ ਦੀ ਗੱਲ ਹੈ ਕਿਸੇ ਨੇ ਇੱਕ ਗਾਣਾ ਭੇਜਿਆ ਤੇ ਮੇਰੇ ਹਸਬੰਦ ਨੇ ਸੁਣਿਆ ਹਲੇ ਮੈਂ ਸੁਣਿਆ ਵੀ ਨਹੀਂ ਇਸ ਕੰਮ ਕਰਨਾ ਸੀ ਤੇ ਉਹਨਾਂ ਨੇ ਉਹਦੀ ਡਿਲੀਟ ਕਰਤਾ ਉਹ अच्छा okay, ओके <laughs> वो आज भी चीज ਲੋਕਾਂ ਦੇ ਜਹਨ ਤੋਂ ਚੀਜ਼ ਆ ਕਿ ਇਹ ਸਾਡਾ ਲੀਕ ਹੋ ਜਾਊਗਾ ਗਾਣਾ ਹੈ ਨਾ ਵੀ ਤੁਸੀਂ ਐਟਲੀਸਟ ਅਗਰ ਟਰਸਟ ਕਰਕੇ ਭੇਜੇ ਯਾ ਤੁਹਾਨੂੰ ਪਤਾ ਹੋਣਾ ਚਾਹੀਦਾ ਅਗਲੋ ਅੱਗੋ ਬੰਦੇ ਕਿਦਾਂ ਦੇ ਨੇ ਹੈ ਨਾ ਨਹੀਂ ਉਹ ਚੀਜ਼ ਜਿਹਦੇ ਦਿਮਾਗ 'ਚ ਪੈ ਜੇ ਨਾ ਤਾਂ ਉਹ ਨਹੀਂ ਜਾਂਦੀ ਉਹਨਾਂ ਨੂੰ ਅਲਾਦਾ ਕਿ ਨਹੀਂ ਸਾਡੇ ਨਾਲ ਇਹ ਹੋ ਸਕਦਾ ਹੈ हां बिल्कुल दिमाग ਚ ਚੀਜ਼ਾਂ ਨਹੀਂ ਨਿਕਲ ਸਕਦੀਆਂ ਸ਼ਾਇਦ ਦਿਲ ਚੋਂ ਕਿਤੇ ਨਾ ਕਿਤੇ ਨਿਕਲ ਜਾਣ ਸਕੇ ਸਰਗੀ ਜੀ ਇੰਡਸਟਰੀ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਵਧੀਆ ਕਰ ਰਹੇ ਹੋ ਸਿੰਗਲ ਟਰੈਕ ਵੀ ਕਰ ਰਹੇ ਹੋ ਲਾਈਕ ਸਾਰਿਆਂ ਦੇ ਨਾਲ ਵੱਡੇ ਵੱਡੇ ਸਿੰਗਲਸ ਉਹਨਾਂ ਦੇ ਵੀ ਗੀਤ ਆ ਰਹੇ ਨੇ ਸੋ ਮੂਵੀਜ਼ ਦੇ ਵਿੱਚ ਵੀ ਇਹ ਨਾ ਬਹੁਤ ਸਾਰਾ ਸ਼ੋਸ ਵੀ ਲੱਗ ਰਹੇ ਨੇ ਸੋ ਬਹੁਤ ਹੀ ਜਲਦੀ ਬਾਅਦ ਦੇ ਟਿਪ ਵੀ ਲਗਾ ਕੇ ਆਏ ਨੇ ਸੋ ਅੱਗੇ ਅੱਗੇ ਆਉਣ ਵੀ ਵਾਲੇ ਨੇ ਬਹੁਤ ਸਾਰੇ ਟਿਪ ਸੋ ਤੁਸੀਂ ਸਰਗੀ ਉਹਨਾਂ ਨੂੰ ਬਹੁਤ ਵੱਡੇ ਹੋਰ ਵੱਡੇ ਪਲੇਟਫਾਰਮ ਤੇ ਦੇਖੋਗੇ ਪਰ ਜੇ ਮੈਂ ਗੱਲ ਕਰਾਂ ਬਾਲੀਵੁੱਡ ਦੀ ਤਾਂ ਹੈਗਾ ਹੈ ਕਿ ਕਿ ਬਾਲੀਵੁੱਡ ਵੱਲ ਵੀ ਜਾਣਾ ਹੈ ਜਾਂ ਮੈਂ ਹਿੰਦੀ ਦੇ ਵਿੱਚ ਵੀ ਮੇਰੀ ਵੋਕਲ ਆ ਜਿਹੜੀ ਉਹ ਪਕੜ ਰੱਖ ਸਕਦੀ ਆ ਇਦਾਂ ਲੱਗਿਆ ਹਾਲੇ ਇਦਾਂ ਦਾ ਕੋਈ ਨਾ ਤਾਂ ਕੋਈ ਮਤਲਬ ਮਿਲਿਆ ਜਿਨੇ ਆਫਰ ਕੀਤਾ ਹੋਵੇ ਤੇ ਨਾ ਹੀ ਹਾਲੇ ਕੋਈ ਮਾਨਾ ਉਦਾਂ ਦਾ ਹਜੇ ਪਰ ਜੇ ਤੁਹਾਨੂੰ ਆਫਰ ਮਿਲੂਗੀ ਤਾਂ ਤੁਸੀਂ ਗ੍ਰੈਬ ਕਰੋਗੇ ਉਹਨੂੰ ਡਿਪੈਂਡ ਕਰਦਾ ਹੈ ਟਾਈਮ ਹੈ ਨਾ ਕੀ ਕੀ ਹੁੰਦਾ ਹੈ ਮੈਂ ਉਹ ਚੀਜ਼ ਉਗਾ ਸਕਦੀ ਹਾਂ ਵੋਕਲ ਫਲੈਕਸੀਬਲ ਨਹੀਂ ਹੁੰਦੀ ਜਿਵੇਂ ਉਹ ਚੀਜ਼ ਹੈਗੀ ਆ ਤੁਸੀਂ ਜਿਹਨੂੰ ਟ੍ਰਾਈ ਨਹੀਂ ਕੀਤਾ ਕਦੀ ਹਿੰਦੀਆਂ ਵੈਸੇ ਕਦੇ ਸੌਂਗ ਕੀਤਾ ਹਿੰਦੀ ਨਾਰਮਲ ਕਵਰ ਜਿਵੇਂ ਮੈਂ ਨਹੀਂ ਕਦੇ ਟ੍ਰਾਈ ਨਹੀਂ ਕੀਤਾ ਸੋ ਉਹ ਟਾਈਮ ਤੇ ਡਿਪੈਂਡ ਕਰਦਾ ਕਿ ਮੈਂ ਉਹ ਚੀਜ਼ ਨੂੰ ਜੇ ਮੈਂ ਵਧੀਆ ਕਰ ਸਕਦੀ ਹਾਂ ਮੈਂ ਜ਼ਰੂਰ ਕਰੂੰਗੀ ਓਕੇ ਹਾਂਜੀ ਅਸੀਂ ਅੱਜ ਟ੍ਰਾਈ ਕਰਦੇ ਹਾਂ ਨਹੀਂ ਕਰਾਂਗੇ ਜੇ ਕਦੇ ਕੀਤਾ ਉਹੀ ਤਾਂ ਕਹਿ ਰਹੀ ਹਾਂ ਹਸ਼ਟੈਗ ਕਰਾਂਗੇ ਅੱਛਾ ਹਿੰਦੀ ਦੇ ਮੋਸਟਲੀ ਕਿਹੜੇ ਸੌਂਗ ਸੁਣਦੇ ਹੋ ਵੈਸੇ ਤਾਂ ਬਹੁਤ ਸਾਰੇ ਹਿੱਟ ਨੇ ਨਾਰਮਲ ਜਦੋਂ ਗੱਡੀ 'ਚ ਜਾਂਦੇ ਹੋ ਘਰੇ ਹੁੰਦੇ ਹੋ ਜਾਂ ਹਸਬੰਡ ਦੇ ਨਾਲ ਕਿਹੜਾ ਗੀਤ ਪ੍ਰੇਫਰ ਕਰਦੇ ਹੋ ਜ਼ਿਆਦਾ ਸੁਣਨਾ? ਅਸੀਂ ਬਹੁਤ ਘੱਟ ਹਿੰਦੀ ਸੁਣਦੇ ਆ। ਮਤਲਬ ਜਦੋਂ ਸੁਣਦੇ ਆ ਤਾਂ ਸੁਣਦੇ ਆ ਪਰ ਐਵੇਂ ਕੋਈ ਸਪੈਸ਼ਲੀ ਵੀ ਹਾਂ ਹਿੰਦੀ ਗਾਣਾ ਪਲੇ ਕੀਤਾ ਇਹ ਪਲੇ ਕਰੋ ਐਵੇਂ ਐਵੇਂ ਕਦੀ ਨਹੀਂ ਹੋਇਆ। ਪਰ ਅੱਜ ਮੈਂ ਤਾਂ ਇੱਕ ਹਿੰਦੀ ਗਾਣਾ ਸੁਣਨਾ ਹੀ ਆ। ਹਾਂ ਤੁਸੀਂ ਦੱਸ ਦੋ ਕੋਈ ਕੋਈ ਆਪਸ਼ਨ ਦੇ ਦਿਓ ਕਿਉਂਕਿ ਹੁਣ ਇਸ ਟਾਈਮ ਮੈਂ ਵੀ ਤਾਂ ਪੰਜਾਬੀ ਗਾਣਾ ਗਾਣਿਆਂ ਦੀ ਸ਼ਕੀਗਨਾ ਨਾ ਮੈਂ ਹਿੰਦੀ ਖੁੱਦ ਗੱਲ ਕਰਦੀ ਪਈ ਆ। ਪਰ ਮੈਨੂੰ ਮੈਂ ਮਤਲਬ ਕਿ ਆਪਾਂ ਸੁਣਨਾ ਚਾਹੁੰਦੇ ਆ ਤੁਹਾਡੀ ਵੋਕਲ ਤੇ ਆਬਵੀਅਸਲੀ ਬਹੁਤ ਚਚੇਗਾ 노 ਡਾਊਟ ਹਿੰਦੀ ਕੋਈ ਵੀ ਦੋ ਕੁ ਲਾਈਨਾਂ ਕਿਹੜਾ ਹੋ ਸਕਦਾ ਆ ਉਹ ਉਹ ਹਾਲ ਹੀ ਦੇ ਵਿੱਚ ਆਇਆ ਨਹੀਂ ਸੀ ਹੀਰੀਏ ਹੀਰੀਓ ਬੜਾ ਟ੍ਰੈਂਡ ਚ ਸੀਗਾ ਪਰ ਉਹਦੇ ਮੈਨੂੰ ਲਿਰਿਕਸ ਨਹੀਂ ਯਾਦ ਮੈਨੂੰ ਵੀ ਹੀਰੀਏ ਹੀਰੀਓ ਮੈਂ ਮੈਂ ਨਾ ਉਸ ਤਰੀਕੇ ਕਦੇ ਸੁਣਿਆ ਹੀ ਨਹੀਂ ਵੀ ਹਾਂ ਇਹ ਮੈਂ ਗਾਉਣਾ ਵੀ ਆਇਆ ਉਹਨੂੰ ਸੁਣਦੇ ਸਿਰਫ ਕੰਨਾਂ ਦੀ ਉਹਦੇ ਲਈ ਆਨੰਦ ਲਈ ਠੀਕ ਹੈ ਜੀ ਠੀਕ ਹੈ ਅੱਛਾ ਅਮਿੰਦਰ ਗਿਲਸਰ ਹੁਣੇ ਤੁਹਾਨੂੰ ਮਤਲਬ ਕਿ ਉਹਨਾਂ ਦੀ ਵੋਕਲ ਅੱਛੀ ਲੱਗਦੀ ਜਾਂ ਕਾਈਂਡ ਆਫ ਚੰਗੇ ਲੱਗਦੇ ਐ ਐਜ਼ ਐਨ ਐਕਟਰ ਐਜ਼ ਐਨ ਵੋਕਲਿਸਟ ਵੀ ਪਲੀਜ਼ ਬਹੁਤ ਅੱਛੇ ਨੇ ਉਹਨਾਂ ਨੇ ਕੰਮ ਕਰਨ ਦਾ ਮੌਕਾ ਮਿਲੂਗਾ ਤਾਂ ਜ਼ਰੂਰ ਦੇਗਾ ਕਿਉਂ ਨਹੀਂ ਕਰਾਂਗੇ ਤੇ ਇਹ ਕਹਿੰਦੀ ਰਾਇਗੜੀ ਜਲਦੀ ਜਲਦੀ ਇਹ ਦਿੱਲੀ ਆਵੇ ਅੱਛਾ ਉਹਨਾਂ ਦਾ ਕੋਈ ਗੀਤਾਂ ਨੂੰ ਵੈਸੇ ਤਾਂ ਸਾਰੇ ਸਾਰਿਆਂ ਨੂੰ ਪਸੰਦ ਆ ਕੋਈ ਤੁਸੀਂ ਜ਼ਿਆਦਾ ਗੁੰਗੁਣਾਉਂਦੇ ਹੋ ਜਾਂ ਸੁਣਦੇ ਹੋ ਵੋ ਮਤਲਬ ਉਹਨਾਂ ਦੇ ਮੋਸਟਲੀ ਗੀਤ ਮੈਂ ਕਾਫੀ ਗੀਤ ਗਾਏ ਵੀ ਨੇ ਇਹਨਾਂ ਦੇ ਹੂੰ ਤੇ ਸੁਣਦੇ ਤਾਂ ਰਹੇਦੇ ਆ ਉਹਨਾਂ 'ਚ ਇੱਕ ਗੀਤ ਹੋ ਜਾਏ ਫਿਰ ਚੇਰਾਬਦ ਟੱਕਰੀ ਇਹ ਭੁਲ ਗਈ ਹੋਵੇਗੀ ਮੈਂਗਿਆਂ ਤਰਾਜ਼ੂ ਆਜ ਤੁਲ ਗਈ ਹੋਵੇਗੀ ਜਿੱਥੇ ਮਿਲੇ ਸੀ ਉਹ ਨਿੰਮ ਵਾਲੀ ਛਲਪ ਜੈ ਦੈਰੀ ਦਿਲ ਦੀ ਸੌਰੀ ਕੱਟੋ ਨਹੀਂ ਨਹੀਂ ਇਟਸ ওকে ਇਟਸ ওকে ਬਹੁਤ ਹੀ ਪਿਆਰਾ ਸੀ ਇਟਸ ওকে ਲਿਰਿਕਸ ਭੁੱਲ ਜਾਂਦੇ ਬੰਦੇ ਨੂੰ ਹੈ ਨਾ ਇਹ ਲਾਈਵ ਨਾ ਕੁਝ ਹੋਰ ਗਾ ਦਿੰਦੇ ਚਾਹੀਏ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਇਹ ਕੱਢ ਦਵਾਂਗੇ ਆਪਾਂ ਕੋਈ ਗੱਲ ਨਹੀਂ ਅੱਛਾ ਸਟੂਡੀਓ ਦੇ ਵਿੱਚ ਤੁਸੀਂ ਇੰਜੋਏ ਕਰਦੇ ਜਦੋਂ ਰਿਕਾਰਡ ਕਰਦੇ ਹੋ ਗੀਤ ਨਾ ਬਿਲਕੁਲ ਬਹੁਤ ਇੰਜੋਏ ਤੇ ਲਾਈਵ ਦੇ ਵਿੱਚ ਵੀ ਇੰਜੋਏ ਕਰਦੇ ਹੋ ਆਡੀਅנס ਦਾ ਜਦੋਂ ਪਿਆਰ ਮਿਲਦਾ ਆਖਾ ਤੁਹਾਡੇ ਵੱਲ ਹੁੰਦੀ ਆ ਲੈ ਕਿ ਉਹ ਪਿਆਰ ਜਿਹੜਾ ਦੇਖਦਾ ਸੋ ਮਤਲਬ ਸਟੂਡੀਓ ਦਾ ਇੱਕ ਹੁੰਦਾ ਕਿ ਤੁਸੀਂ ਰਿਕਾਰਡ ਕੀਤਾ ਹੈ ਉਹ ਪ੍ਰੋਸੈਸ ਉਹ ਗਾਪੂਰਾ ਫਿਰ ਲੋਕਾਂ ਤੱਕ ਜਾਉ ਫਿਰ ਤੁਹਾਨੂੰ ਉਹਦਾ ਉਹ ਮਿਲੂਗਾ ਇਸ ਲਾਈਵ ਦਾ ਹੁੰਦਾ ਕਿ ਤੁਹਾਨੂੰ ਮੌਕੇ ਤੇ ਆਮੋ ਸਾਹਮਣੇ ਮਤਲਬ ਲੋਕ ਉਥੇ ਇੱਕ ਲਾਈਨ ਤੇ ਵੀ ਤੁਸੀਂ ਕੁਝ ਕੀਤਾ ਉਹਦੀ ਦੱਸ ਦਿੰਦੇ ਆ ਵੀ ਵਿਆਹ ਜਾਂ ਨਹੀਂ ਵਧੀਆ ਸਭ ਮੌਕੇ ਤੇ ਹੁੰਦਾ ਹੈ ਉਹ ਲਾਈਵ ਦੀ ਮੈਨੂੰ ਅੱਛੀ ਚੀਜ਼ ਲੱਗਦੀ ਹੈ ਬਿਲਕੁਲ ਜੀ ਬਿਲਕੁਲ ਅੱਛਾ ਜੀ ਠੀਕ ਹੈ ਜਿਵੇਂ ਤੁਸੀਂ ਕਿਹਾ ਕਿ ਆਪਾਂ ਜਿਹੜੀ ਆ ਸ਼ੋਅ ਦੀ ਮਤਲਬ ਕਿ ਐਂਡਿੰਗ ਵੀ 뮤지컬 ਦੇ ਨਾਲ ਹੀ ਕਰਾਂਗੇ ਸੋ ਕੋਈ ਵੀ ਇੱਕ ਪਿਆਰਾ ਜਿਹਾ ਅੱਛਾ ਬੀਟ ਗੀਤ ਹੋ ਜਾ ਵੈਸਾ ਕੋਈ ਵੀ ਮਤਲਬ ਬੀਟ ਗੀਤ ਮੈਂ ਚੰਗੀ ਸੀ ਮੈਂ ਸੁਰਿੰਦਰ ਕੌਰ ਜੀ ਦੇ ਕਿਸੇ ਗੀਤ ਨਾਲ ਠੀਕ ਹੈ ਜੀ ਕੋਈ ਉਹਨਾਂ ਦਾ ਬੀਟ ਨਹੀਂ ਹੋਏਗਾ ਸ਼ਾਇਦ ਮੈਂ ਕੋਸ਼ਿਸ਼ ਕਰੂੰਗੀ ਕਿਉਂਕਿ ਮੇਰਾ ਗਲਾ ਵੀ ਸਾਥ ਨਹੀਂ ਦੇ ਰਿਹਾ ਇਟਸ ਓਕੇ ਜੀ ਇਟਸ ਓਕੇ ਉਹਨਾਂ ਦਾ ਇੱਕ ਗੀਤ ਹੈ ਮੈਂ ਤਾਂ ਪੂਰਾ ਬੀਟ ਨਹੀਂ ਹੈ ਨੋਰਮਲ ਠੀਕ ਹੈ ਜੀ ਠੀਕ ਹੈ ਅੱਛਾ ਹੈ ਦੀਵੇ ਆਵੇਲੇ ਦਰ ਆਪਣੇ ਦਾ ਕਿਸਕੁਂਡਾ ਖੜਕਾਇਆ ਨੀ ਉਠਵੇਖ ਨਾਨਾ ਨੇ ਕੌਣ ਪਰੋਣਾ ਆਇਆ ਨੀ ਉਠਵੇਖ ਨਾਨਾ ਨੇ ਕੌਣ ਪਰੋਣਾ ਆਇਆ ਨੀ ਉਠਵੇਖ ਨਾਨਾ ਨੇ ਕਿਆ ਬਾਤ ਹੈ ਜੀ ਕਿਆ ਬਾਤ ਹੈ ਅੱਜ ਜਿਸ ਨੇ ਸੇ ਆਈ ਲਵ ਯੂ ਸੱਚੀ ਬਹੁਤ ਪਿਆਰਾ ਗਾਉਂਦੇ ਹੋ ਬਹੁਤ ਪਿਆਰਾ ਗਾਉਂਦੇ ਹੋ ਵੈਗਰੂ ਹਮੇਸ਼ਾ ਤਰੱਕੀ ਦੇ ਰਾਹ ਤੇ ਲੈ ਕੇ ਜਾਵੇ ਤੇ ਹਮੇਸ਼ਾ ਤੁਸੀਂ ਖੁਸ਼ ਰਹੋ ਥੈਂਕ ਯੂ ਸੋ ਮੱਚ ਜੀ ਤੁਸੀਂ ਆ ਸਾਡੇ ਸਟੂਡੀਓ ਆਏ ਬਹੁਤ ਚੰਗਾ ਲੱਗਿਆ ਸਰ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਸੋ ਮੈਂ ਉਮੀਦ ਕਰ ਸਕਦੀ ਹਾਂ ਜੀ ਅੱਜ ਦੀਆਂ ਗੱਲਾਂ ਬਾਤਾਂ ਤੁਹਾਨੂੰ ਚੰਗੀਆਂ ਲੱਗੀਆਂ ਤੇ ਇਹ ਜਿਹੜੀ ਕਨਵਰਸੇਸ਼ਨ ਆ ਮੈਨੂੰ ਬਹੁਤ ਚੰਗੀਆਂ ਲੱਗੀ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਨਵੇਂ ਆਰਟਿਸਟ ਦੇ ਨਾਲ ਸਟੂਡੀਓ ਦੇ ਵਿੱਚ ਫਿਲਹਾਲ ਜੀ ਮੈਨੂੰ ਤੇਜੀ ਸਾਡੇ ਪਿਆਰੇ ਆਡੀ ਸਰਗੀ ਵਾਂਜੀ ਹੁਣੰ ਦੇ ਇਜਾਜ਼ਤ ਜੀ ਸਤਿ ਸ਼੍ਰੀ ਅਕਾਲ